ਆਪੇ ਆਪ। ਸੱਚ ਦੀ ਆਖਰੀ ਟੀਸੀ ਤੇ ਚੜ ਕੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਮੈਂ ਹੀ ਮੈਂ ਕਿਹਾ। ਵੇਦਾਂਤ ਦੀ ਆਖਰੀ ਖੋਜ ਦਾ ਸਿੱਟਾ ਵੀ ਮੈਂ ਹੀ ਮੈਂ ਹੈ ਅਤੇ ਮਨਸੂਰ ਅਤੇ ਸੂਫੀ ਮਤ ਨੇ ਵੀ ਇਬਾਦਤ ਦੀ ਆਖਰੀ ਮੰਜ਼ਿਲ ਅਨਲ ਹੱਕ ਜਾਂ ਮੈਂ ਹੀ ਅਟਲ ਸੱਚਾਈ ਹਾਂ ਇਹ ਗੱਲ ਹੀ ਆਖੀ। ਇਸ ਦੇ ਉਲਟ ਹਜ਼ਰਤ ਈਸਾ ਮਸੀਹ, ਹਜ਼ਰਤ ਮੁਹੰਮਦ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਅਤੇ ਹੋਰ ਅਨੇਕਾਂ ਮਹਾਂਪੁਰਖਾਂ ਨੇ ਸੱਚ ਨੂੰ ਤੂੰ ਹੀ ਤੂੰ ਦੇ ਲਫ਼ਜ਼ਾਂ ਵਿੱਚ ਵਰਣਨ ਕੀਤਾ। ਇਹ ਦੋਵੇਂ ਕਥਨ ਮੈਂ ਹੀ ਮੈਂ ਅਤੇ ਤੂੰ ਹੀ ਤੂੰ ਭਾਵੇਂ ਪ੍ਰਤੱਖ ਤੌਰ ਤੇ ਇੱਕ ਦੂਜੇ ਦੇ ਉਲਟ ਪ੍ਰਤੀਤ ਹੁੰਦੇ ਨੇ, ਪਰ ਅਸਲ ਵਿੱਚ ਇੱਕੋ ਹੀ ਤਜਰਬੇ ਦੇ ਵੱਖ ਵੱਖ ਖਿਆਲ ਨੇ, ਇੱਕੋ ਹੀ ਸੱਚਾਈ ਦੇ ਵੱਖ ਵੱਖ ਬਿਆਨ ਕਰਨ ਦਾ ਤਰੀਕਾ। ਮੇਰੇ ਖਿਆਲ ਵਿੱਚ ਸੱਚ ਨੂੰ ਬਿਆਨ ਕਰਨ ਦੇ ਇਹ ਦੋਵੇਂ ਤਰੀਕੇ ਆਮ ਬੰਦੇ ਲਈ ਭੁਲੇਖੇ ਵਾਲੇ ਹੋ ਸਕਦੇ ਨੇ ਅਤੇ ਅਭਿਆਸੀ ਇਹਨਾਂ ਕਰਕੇ ਤਕੜੇ ਭੁਲੇਖੇ ਵਿੱਚ ਪਿਆ ਰਹਿੰਦਾ। ਪਰ ਅਭਿਆਸ ਵਿੱਚ ਜਦੋਂ ਸੱਚ ਨਾਲ ਇੱਕਮਿਕ ਹੋ ਜਾਂਦਾ ਤਾਂ ਉਹ ਬੜੀ ਆਸਾਨੀ ਨਾਲ ਇਹਨਾਂ ਦੋਹਾਂ ਕਥਨਾਂ ਦੀ ਉਣਤਾਈ ਤੋਂ ਜਾਣੂ ਹੋ ਜਾਂਦਾ। ਉੱਥੇ ਨਾ ਤੇ ਤੂੰ ਹੀ ਤੂੰ ਹੈ ਤੇ ਨਾ ਹੀ ਮੈਂ ਰਹਿਣਾ, ਸਗੋਂ ਇੱਕ ਬਿਆਨ ਤੋਂ ਬਾਹਰ ਇਕੱਠ ਕਰਨ ਵਾਲੀ ਅਵਸਥਾ ਦਾ ਰੰਗ ਮਾਣੀਦਾ, ਜਿਹੜੀ ਗੂੰਗੇ ਦੇ ਮਿਠਾਈ ਖਾਣ ਵਾਂਗ ਇਨਸਾਨੀ ਬੋਲੀ ਵਿੱਚ ਪੂਰੇ ਤੌਰ ਤੇ ਦੱਸਣੀ ਅਸੰਭਵ ਹੈ। ਸੱਚ ਦੀ ਪ੍ਰਾਪਤੀ ਇੱਕ ਆਤਮਿਕ ਤਜਰਬਾ ਹੈ ਜਿਹਦਾ ਚੰਗੇ ਤੋਂ ਚੰਗਾ ਬਿਆਨ ਵੀ ਅਪੂਰਨ ਹੀ ਰਹੇਗਾ ਅਤੇ ਬਿਆਨ ਉਦੋਂ ਤੱਕ ਹੀ ਸੰਭਵ ਹੈ ਜਦੋਂ ਤੱਕ ਬਿਆਨ ਕਰਨ ਵਾਲਾ ਬਿਆਨ ਕਰਨ ਵਾਲੀ ਚੀਜ਼ ਨਾਲੋਂ ਵੱਖਰਾ ਤੇ ਪਰਾਂ ਹੋਵੇ। ਜਦੋਂ ਬਿਆਨ ਕਰਨ ਵਾਲਾ ਬਿਆਨ ਕਰਨ ਵਾਲੀ ਚੀਜ਼ ਹੀ ਬਣ ਜਾਏ ਤਾਂ ਫਿਰ ਠੀਕ ਠੀਕ ਬਿਆਨ ਕਰਨਾ ਅਸੰਭਵ ਹੋ ਜਾਂਦਾ। ਬਿਆਨ ਕੌਣ ਕਰੇ ਤੇ ਕਿਸ ਦਾ ਬਿਆਨ ਕਰੇ? ਇਸ ਵਾਸਤੇ ਸੱਚ ਦੀਆਂ ਸਭ ਦੱਸੀਆਂ ਗਈਆਂ ਸਿਫਤਾਂ ਜਾਂ ਲੱਛਣ ਸੱਚ ਦੀ ਅੰਤਿਮ ਅਸਲੀਅਤ ਤੋਂ ਉਰੇ ਉਰੇ ਹਾਲਤਾਂ ਵਿੱਚੋਂ ਬਿਆਨ ਕਰਨ ਦਾ ਯਤਨ ਨੇ ਅਤੇ ਸੱਚ ਦੀ ਪੂਰਨ ਤਸਵੀਰ ਨਹੀਂ ਨੇ। ਗੁਰਬਾਣੀ ਵਿੱਚ ਇਸ ਸੰਬੰਧੀ ਕਈ ਮਹਾਂਵਾਕ ਦਰਜ ਕੀਤੇ ਗਏ ਨੇ, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਗੌੜੀ ਮਹਿਲਾ ਪੰਜਵਾਂ, ਸ੍ਰੀ ਸੁਖਮਣੀ ਸਾਹਿਬ, ਅਥਵਾ ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇ ਜਾਂ ਫਿਰ ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕਿਕੂੰ ਹੋਏ। ਮੈਂ ਅਤੇ ਤੂੰ ਇਹ ਦੋਵੇਂ ਲਫ਼ਜ਼ ਹੀ ਸਾਪੇਖ ਨੇ, ਭਾਵ ਰੈਲੇਟਿਵ ਟਰਮਸ ਨੇ। ਮੈਂ ਤਦੋਂ ਹੋ ਸਕਦਾ ਜਦੋਂ ਮੁਕਾਬਲੇ ਵਿੱਚ ਕੋਈ ਤੂੰ ਹੋਵੇ, ਤੇ ਤੂੰ ਤਾਂ ਹੋ ਸਕਦਾ ਜਦੋਂ ਕਿਤੇ ਕੋਈ ਮੈਂ ਹੋਵੇ। ਪਰ ਸਿਮਰਨ ਅਭਿਆਸ ਦੀ ਉੱਪਰਲੀ ਅਵਸਥਾ ਵਿੱਚ ਉੱਥੇ ਪਹੁੰਚ ਜਾਈਦਾ ਜਿੱਥੇ ਮੈਂ ਤੇ ਤੂੰ ਦੀਆਂ ਹਾਲਤਾਂ ਨੀਵੀਆਂ ਰਹਿ ਜਾਂਦੀਆਂ ਨੇ। ਸਾਰੀ ਕੁਦਰਤ, ਸਾਰਾ ਬ੍ਰਹਿਮੰਡ ਇੱਕੋ ਹੀ ਚੀਜ਼ ਦਾ ਰੂਪ ਨਜ਼ਰ ਆਉਂਦਾ। ਇਹ ਅਵਸਥਾ ਨਾ ਮੈਂ ਹੀ ਮੈਂ ਅਤੇ ਨਾ ਤੂੰ ਹੀ ਤੂੰ ਦੀ ਹੈ। ਇਸ ਅਵਸਥਾ ਨੂੰ ਮੇਰੀ ਸਮਝ ਵਿੱਚ ਆਪੇ ਆਪ ਦੀ ਅਵਸਥਾ ਕਹਿਣਾ ਸਭ ਤੋਂ ਚੰਗਾ ਤੇ ਸਹੀ ਬਿਆਨ ਕਰਨਾ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਨੇ, ਆਪ ਉਪਦੇਸ਼ੈ ਸਮਝੈ ਆਪ, ਨਾਨਕ ਕਾ ਪ੍ਰਭ ਆਪੇ ਆਪ, ਜਾਂ ਫਿਰ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ, ਜਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ, ਆਪੇ ਕੰਡਾ ਤੋਲ ਤਰਾਜ਼ੀ, ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਇੱਕ ਆਮ ਆਦਮੀ
वेदांत पढ़ के मैं ही मैं दे बड़े उल्टे अर्थ कर सकता है। उस दी हां मैं जां इंसानी मैं सगों होर जोरदार हो जाएगी। उस दी हां मैं खुदी मरण दी थां ते सगों वधेरे चमक पैंदी है। मेरे एक परम मित्र ने दसिया कि एक अभ्यासी सोहंग दा पाठ करया करदा सी। उस दी हां मैं बड़ी वध गई इथों तक कि उसनू इस तरह प्रतीत होया करे कि जिवें उसदा बदन फट रहा है, अंदर अशांति दी अग लगी हुई है। इस दशा तो वह अभ्यासी खुद बड़ा औखा सी। जिस मैं दी तरफ श्री कृष्ण जी महाराज दा जां वेदांत दा इशारा है, वह हौमै तो रहत आत्मा दी आत्मा परम आत्मा है, जिसका असली ज्ञान सौखी ते ममूली गल नहीं। जदों आत्मा दे अंदर अपने मूल परमात्मा दा ज्ञान हो जाए तां भावें मैं ही मैं ते भावें तू ही तू जो मर्जी आखो, इन्हां लफ्ज़ां दे पिछे इशारा सदा उस हस्ती वल होवेगा जो सारी सृष्टि दा मूल है। पर इस ज्ञान दे उपजण तों पहलां मैं ही मैं कहण नाल अभ्यासी नूं हमेशा भुलेखे लगदे रहिंदे ने। अभ्यासी बंदा मामूली इंसानी हौमै तो बंदगी आरंभ करके हौली हौली किनिया ही सूखम हौमै दियां हालतां विचों लंघदा अखीर मसा परम तत्त दी अवस्था विच पहुंचदा है। इस सारे रस्ते विच उसका मैं ही मैं कहना ते सुनना नित नवे भुलेखे पैदा करदा है ते तरक्की दे राह विच रोड़े अटकाउंदा रहिंदा है। मैं ही मैं कहण वाले पुरश का आम तौर पर मैं नाल बहुत प्यार हो जाता है, जो कि बंदगी विच भारा विघन साबित होंदा है। जिमें मैं ही मैं फिलासफी भावें दिमागी तसली वास्ते काफ़ी समझी जाए पर अमली अभ्यास विच भुलेखे पा सकती है, उस तरह तू ही तू की फिलासफी भी एक सच्चे खोजी नूं कई टपले ला सकती है। तू ही तू कहण वाला ईमानदार खोजी किसे वक्त ऐसे नतीजे ते पहुंच जांदा है कि वह खुद बिल्कुल सिफर है, जीरो है। अपने आप नूं सिफर समझण नाल शरीर अते आत्मा बड़े निर्बल हो जांदे ने। इथों तक कि अभ्यासी दा शरीर दे ख्याल उत्ते कोई काबू नहीं रहिंदा। तू ही तू कहण वाले आदमी इस भुलेखे का शिकार मैं कई वेखे ने। उन्हां दा स्वै भरोसा बहुत घट जांदा है, जिस करके उन्हां दी जिंदगी अते कारोबार उते बड़ा बुरा असर पैंदा है। ऐसे आदमी कमजोरी दी हालत विच सुस्त ते वहमी हो जांदे ने ते अपने किसे भी फर्ज नूं चुस्ती ते दृढ़ता नाल निभा नहीं सकदे। ये हालत भी ओनी ही भुलेखे भरी है जिनी के मैं ही मैं कहण वालियां दी हौमै भरी हालत हुंदी है। इस सारी विचार उत्ते भगत कबीर साहब दे ये श्लोक बड़ी कमाल दी रोशनी पाउंदे ने। भगत साहब कहिंदे ने, कबीर रोड़ा होए रहो बाटका तज मन का अभिमान, ऐसा कोई दास होए ताहे मिले भगवान। कबीर, रोड़ा हुआ तो क्या भया, पंथी को दुख दे, ऐसा तेरा दास है ज्यों तरनी में खे। कबीर, खे हुई तो क्या भया, जो उड लागे अंग, हरजन ऐसा चाहिए ज्यों पानी सरबंग। कबीर, पानी हुआ तो क्या भया, सीरा ताता होए, हर जन ऐसा चाहिए जैसा हर ही होए। अथवा, हर हर जन दोए एक है, बिब विचार किछ ना है, जलते उपज तरंग ज्यों जल ही बिखै समा है। श्री गुरु ग्रंथ साहिब जी महाराज विच ऐसे अनेकां शब्द मिलनगे जिन्हां दे भाव समझ के अभ्यासी अपनी पूरी रहनुमाई हासिल कर सकता है।
भाई साहब भाई वीर सिंह जी होरां दा मैं बहुत धन्नवादी रहांगा जिन्हां ने मेरी बेनती सुन के चंगी तरह विचार करके फुरमाया सिख दा निशाना सिफर बनना नहीं सगों हौली हौली वाहिगुरु बनना है। भाई साहब दा इशारा श्री गुरु ग्रंथ साहिब जी दे अनेकां ऐसे भाव दे शब्द अते मेरा अंदरला तजर्बा सारे इस गल उते सहमत सन। इस तों बाद मैं बेखौफ होके अपने अभ्यास दा रुख चढ़दी कला वल मोड़िया जिसका नतीजा बड़ी हैरानी भरी तरक्की होया। कई पहुंचे हुए महात्मावां पासों मैं ही मैं जां तू ही तू दे मसले संबंधी पुछगिछ करन मगरों मैं इस नतीजे ते पहुंचिया कि ये दोवें कथन असल विच इक्को सच्चाई जाहर करदे ने ते दूसरा भावें डूंगे अर्थां विच इन्हां दोहां कथनां दी तह विच असलीयत है पर उस सच्चाई नूं पूरे तौर ते बयान करन तों ये दोवें तरीके ही असमर्थ ने। तीसरा अणजाण बंदे नूं नवें नवें खोजी नूं उपर दसियां दोवें फिलासफियां भुलेखे विच पा सकदियां ने। चौथा ओ सच्चाई असल विच ते कहण विच आ ही नहीं सकती पर उसनू आपे आप आखना उपर दसे दोवां तरीकियां तों चंगा तरीका है। सिमरन अभ्यास कमाई करन वाले पुरश नू हमेशा सिमरन दी ओट रखनी चाहीदी है। उस दे अंदर रहन वाली चेतन शक्ति उस दी हर मौके ते लोड़ अनुसार रहनुमाई कर दी जावेगी ते उसनू किसे दिन एहो जै अरशी मुनारे ते चाढ़ देवेगी जिथे खलो के अभ्यासी सच तक अपनन दे सब रस्ते वेखेगा सबनू अपनावेगा सबनू सत्कारेगा ते सब रस्तियां तो उच्चे सच नाल एक होया होया अपनी कालना अते सारियां दी मेहनत उते प्रसन्नता दी निगाह नाल वेख वेख के मुस्कुरावेगा। अरदास सिमरन अते ज्ञान दा संबंध हिंदू फिलासफी अनुसार सच दी प्राप्ति वास्ते कर्म योग भगती योग ते ज्ञान योग तिन्ने रस्ते ने पर असल विच ए तिन्ने कोई वख वख रस्ते नहीं सगों इको ही रस्ता है। भगती भाव पैदा होण नाल शुभ कर्म वधदे ने इसे तरह भगती तो ज्ञान हासिल हुंदा है ते ज्ञान हासिल होण नाल शुभ कर्म वधदे ने ते भगती दृढ़ हुंदी है। उंज विचार करन वास्ते ये तिन्ने मार्ग वख वख करके लिखने पैंदे ने पर असलीयत विच अमली तौर ते वेख्या ये आपस विच इन्ने मिलदे जुलदे ने ते एक दूजे ते इन्ना असर पाउंदे ने कि इको ही मालूम हुंदे ने। जिस तरह कर्म योग भगती योग ज्ञान योग असल विच इको जीवन दे वख वख पहलू ने जां इको जीवन दियां वख वख हालतां ने उसे तरह अरदास सिमरन ते ज्ञान असल विच अभ्यास दे तीन वख वख स्वरूप ने। अरदास तो सिमरन वधदा ते परपक हुंदा है सिमरन तो ज्ञान उपजदा ते ज्ञान दे शुद्ध होण नाल सिमरन दृढ़ हुंदा है। सिमरन दे दृढ़ होण नाल सूखम ज्ञान प्राप्त करन विच सहायता मिलदी है। अरदास सिमरन ते ज्ञान एक दूजे ते असर पाउंदे ने ते एक दूजे दी मदद करदे ने ਇਹ ਤਿੰਨੇ ਇੱਕ ਸਰਕਲ ਵਾਂਗ ਚੱਲਦੇ ਨੇ ਆਪਸ ਵਿੱਚ ਬਾਰ ਬਾਰ ਘੁੰਮ ਘੁਮਾ ਕੇ ਮਿਲਦੇ ਰਹਿੰਦੇ ਨੇ। ਜਦੋਂ ਮੇਰੇ ਅੰਦਰੋਂ ਬੇਬਲਤਾ ਦੀਆਂ ਅਰਦਾਸਾਂ ਨਿਕਲਣ ਤਾਂ ਮੈਂ ਉਹਨਾਂ ਦਾ ਅਸਰ ਸਿਮਰਨ ਵਿੱਚ ਤਰੱਕੀ ਵਜੋਂ ਪ੍ਰਤੀਤ ਕੀਤਾ ਤੇ ਜਦੋਂ ਸਿਮਰਨ ਵਿੱਚ ਜ਼ਿਆਦਾ ਦਿਲ ਲੱਗੇ ਤਾਂ ਗਿਆਨ ਦੇ ਖਿਆਲ ਜਾਂ ਵਿਚਾਰ ਪੈਦਾ ਹੁੰਦੇ ਨੇ।
ਅਰਦਾਸ, ਸਿਮਰਨ ਤੇ ਗਿਆਨ ਆਪਸ ਵਿੱਚ ਇੱਕ ਦੂਜੇ ਤੇ ਅਸਰ ਕਰਦੇ ਨੇ। ਬਿਰਤੀ ਨੂੰ ਉੱਚੇ ਮੰਡਲਾਂ ਵਿੱਚ ਲਿਆਉਣ ਦਾ ਕਾਰਨ ਦੇਖੇ ਗਏ ਨੇ। ਅਰਦਾਸ, ਸਿਮਰਨ ਤੇ ਗਿਆਨ ਦੇ ਮਿਲਾਪ ਵਿੱਚੋਂ ਇੱਕ ਇਹੋ ਜਿਹੀ ਅਵਸਥਾ ਪੈਦਾ ਹੁੰਦੀ ਹੈ ਜਿਸ ਨੂੰ ਮੇਰੇ ਖਿਆਲ ਵਿੱਚ ਰਾਜ ਯੋਗ ਕਹਿਣਾ ਚਾਹੀਦਾ ਹੈ। ਜਿਵੇਂ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਤੂੰ ਗੁਰਪ੍ਰਸਾਦ ਕਰ ਰਾਜ ਯੋਗ। ਇਸ ਅਵਸਥਾ ਵਿੱਚ ਇਨਸਾਨ ਖੁਦ ਮੁਕੰਮਲ ਹੁੰਦਾ ਤੇ ਉਸਦੇ ਸਾਰੇ ਕਰਮ ਵੀ ਮੁਕੰਮਲ ਹੁੰਦੇ ਨੇ। ਗੁਰੂ ਕੇ ਸਿੱਖ ਦਾ ਨਿਸ਼ਾਨਾ ਇਸ ਅਵਸਥਾ ਵਿੱਚ ਖੇਡਦਾ। ਗੁਰੂ ਕਾ ਸਿੱਖ ਆਦਰਸ਼ਕ ਦੁਨੀਆਦਾਰ, ਆਦਰਸ਼ਕ ਭਗਤ ਤੇ ਆਦਰਸ਼ਕ ਗਿਆਨੀ ਹੋਣਾ ਚਾਹੀਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਮਨੋਰਥ ਸਾਰੇ ਪੁਰਾਣੇ ਤਰੀਕਿਆਂ ਵਿੱਚੋਂ ਇੱਕ ਨਵਾਂ ਮੁਕੰਮਲ ਤੇ ਅਮਲੀ ਜੀਵਨ ਰਸਤਾ ਪੈਦਾ ਕਰਨਾ ਸੀ। ਇਸ ਰਸਤੇ ਨੂੰ ਭਾਈ ਗੁਰਦਾਸ ਜੀ ਨੇ ਗਾਡੀ ਰਾਹ ਆਖਿਆ ਹੈ, ਜਿਸ ਦਾ ਮਤਲਬ ਸ਼ਾਹਰਾਹ, GT ਰੋਡ ਜਾਂ ਵੇ ਆਫ ਲਿਵਿੰਗ ਜਾਂ ਆਰਟ ਆਫ ਲਿਵਿੰਗ ਜਾਂ ਆਦਰਸ਼ਕ ਰਸਤਾ ਹੁੰਦਾ। ਗੁਰੂ ਦੇ ਘਰ ਦੀ ਸਿੱਖਿਆ ਦਾ ਸਦਕਾ ਇਸ ਸਿੱਖਿਆ ਦੀ ਕਾਮਯਾਬੀ ਦਾ ਸਬੂਤ ਸਿੱਖ ਕੌਮ ਵਿੱਚ ਬੇਸ਼ੁਮਾਰ ਇਹੋ ਜਿਹੇ ਗੁਰਮੁਖਾਂ ਦਾ ਪੈਦਾ ਹੋਣਾ ਜਿਨ੍ਹਾਂ ਦੀ ਜ਼ਿੰਦਗੀ ਕਰਮ, ਭਗਤੀ ਤੇ ਗਿਆਨ ਦੇ ਫੁੱਲਾਂ ਦਾ ਇੱਕ ਖੂਬਸੂਰਤ ਗੁਲਦਸਤਾ ਕਹੀ ਜਾ ਸਕਦੀ। ਗੁਰੂ ਕੇ ਸਿੱਖ ਗ੍ਰਿਸਤੀਆਂ ਵਿੱਚ ਪੂਰੇ ਗ੍ਰਿਸਤੀ, ਭਗਤਾਂ ਵਿੱਚ ਪੂਰੇ ਭਗਤ, ਮੈਦਾਨ ਵਿੱਚ ਪੂਰਨ ਸੂਰਮੇ ਤੇ ਤਖਤ ਉੱਤੇ ਬੈਠ ਕੇ ਵੀ ਪੂਰਨ ਵੈਰਾਗੀ ਹੁੰਦੇ ਰਹੇ ਨੇ। ਸਾਰੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਇਹ ਸਾਰੀਆਂ ਖੂਬੀਆਂ ਇਹੋ ਜਿਹੇ ਲਿਸ਼ਕਾਰੇ ਮਾਰਦੀਆਂ ਸਨ। ਇਹੋ ਜਿਹਾ ਆਦਰਸ਼ਕ ਜੀਵਨ ਨਿਰੀਆਂ ਕਿਤਾਬਾਂ, ਫਿਲਾਸਫੀਆਂ ਜਾਂ ਇੰਟੈਲੈਕਚੁਅਲ ਆਈਡੀਆਜ਼ ਨਾਲ, ਦਿਮਾਗੀ ਵਰਜਿਸ਼ਾਂ ਨਾਲ ਪੈਦਾ ਨਹੀਂ ਹੁੰਦਾ। ਇਹ ਤੇ ਸਗੋਂ ਜੀਵਿਆ ਹੀ ਜਾ ਸਕਦਾ। ਇਸ ਜੀਵਨ ਨੂੰ ਪ੍ਰਤੱਖ ਵਿਖਾਉਣ ਵਾਲੀ ਕੇਵਲ ਤੇ ਕੇਵਲ ਇੱਕੋ ਜੁਗਤੀ ਹੈ, ਉਹ ਹੈ ਨਾਮ ਅਭਿਆਸ ਕਮਾਈ। ਇਹ ਕਮਾਈ ਹੀ ਸਾਨੂੰ ਮਨੁੱਖ ਤੋਂ ਦੇਵਤਾ ਬਣਾ ਸਕਦੀ ਹੈ। ਬਗੈਰ ਨਾਮ ਅਭਿਆਸ ਦੀ ਕਮਾਈ ਦੇ ਆਦਰਸ਼ਕ ਜੀਵਨ ਅਸੰਭਵ ਹੈ। ਸਿੱਖ ਕੌਮ ਜਦੋਂ ਤੱਕ ਆਪਣੇ ਜੀਵਨ ਵਿੱਚ ਭਗਤੀ ਭਾਵ ਅਤੇ ਸਿਮਰਨ ਅਭਿਆਸ ਨੂੰ ਵਿਸ਼ੇਸ਼ਤਾ ਨਹੀਂ ਦੇਵੇਗੀ, ਆਪਣੀ ਅਸਲ ਚੜ੍ਹਦੀ ਕਲਾ ਵਿੱਚ ਕਦੇ ਨਹੀਂ ਆ ਸਕਦੀ। ਇਸ ਦੇ ਸ਼ਾਨਦਾਰ ਇਤਿਹਾਸ ਦੀ ਤਹਿ ਵਿੱਚ ਬੰਦਗੀ, ਸਿਮਰਨ ਅਤੇ ਗੁਰਬਾਣੀ ਦੀ ਰੰਗਣ ਸੀ। ਸਿਮਰਨ ਅਭਿਆਸ ਕਮਾਈ ਤੋਂ ਅਸਲ ਨਿਸ਼ਕਾਮ ਸੇਵਾ ਅਤੇ ਗੁਰਬਾਣੀ ਦਾ ਮਾਦਾ ਪੈਦਾ ਹੁੰਦਾ ਹੈ, ਜੋ ਕਿ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ। ਸਾਡੀ ਮੌਜੂਦਾ ਕੌਮੀ ਜ਼ਿੰਦਗੀ ਵਿੱਚ ਸਿਮਰਨ ਅਭਿਆਸ ਕਮਾਈ ਦਾ ਬੜਾ ਘਾਟਾ ਨਜ਼ਰ ਆ ਰਿਹਾ ਹੈ। ਇਸ ਲਈ ਮੈਂ ਕੌਮ ਦੇ ਸਿਆਣੇ ਆਗੂਆਂ ਸਾਹਮਣੇ ਬੜੀ ਨਿਮਰਤਾ ਨਾਲ ਇਸ ਮਾਮਲੇ ਤੇ ਪੂਰਾ ਗੌਰ ਕਰਨ ਦੀ ਬੇਨਤੀ ਕਰਦਾ। ਕੌਮ ਦੇ ਲੀਡਰ ਭਾਵੇਂ ਉਹ ਰਾਜਸੀ ਭਾਵ ਪੋਲੀਟੀਕਲ, ਭਾਈਚਾਰਕ ਭਾਵ ਸੋਸ਼ਲ ਜਾਂ ਧਾਰਮਿਕ ਭਾਵ ਰਿਲੀਜੀਅਸ ਲੀਡਰ ਵੀ ਹੋਣ, ਉਹਨਾਂ ਅੱਗੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਖੁਦ ਸਿਮਰਨ ਅਭਿਆਸ ਕਮਾਈ ਕਰਕੇ ਵੇਖਣ ਕਿ ਉਹਨਾਂ ਦੀਆਂ ਅੰਦਰਲੀਆਂ ਸੁੱਤੀਆਂ ਹੋਈਆਂ ਤਾਕਤਾਂ ਕਿਵੇਂ ਜਾਗ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਣੇ ਕੰਮ ਕਰਨ ਦਾ ਕਿੰਨਾ ਜ਼ਿਆਦਾ ਵਧੇਰੇ ਯੋਗ ਬਣਾ ਦਿੰਦੀਆਂ ਨੇ। ਸਿਮਰਨ ਦੀ ਪਾਰਸ ਕਲਾ ਦਾ ਪ੍ਰਤਾਪ ਹਰ ਸਮੇਂ ਅਤੇ ਹਰ ਹਾਲਤ ਵਿੱਚ ਅਸੀਂ ਵੇਖ ਸਕਦੇ ਹਾਂ, ਬਸ਼ਰਤੇ ਕਿ ਸੱਚੇ ਦਿਲ ਨਾਲ ਸਿਮਰਨ ਅਭਿਆਸ ਕਮਾਈ ਕੀਤੀ ਜਾਵੇ। ਸਿਮਰਨ ਦੇ ਅਭਿਆਸ ਨੂੰ ਪ੍ਰਚਲਿਤ ਕਰਨ ਨਾਲ ਸਿੱਖ ਕੌਮ ਉੱਨਤੀ ਦੀਆਂ ਮੰਜ਼ਲਾਂ ਬੜੀ ਤੇਜ਼ ਰਫ਼ਤਾਰੀ ਨਾਲ ਤੈਅ ਕਰੇਗੀ।
ਅਤੇ ਪਿਛਲੇ ਰੌਸ਼ਨ ਇਤਿਹਾਸ ਦੀ ਲੜੀ ਨੂੰ ਕਾਇਮ ਰੱਖ ਸਕੇਗੀ। ਸਿਮਰਨ ਦੀ ਬਦੌਲਤ ਜਥੇਬੰਦੀ, ਇਤਫਾਕ, ਤਿਆਗ ਤੇ ਕੁਰਬਾਨੀ ਪੈਦਾ ਹੋਣਗੇ, ਕਿਉਂਕਿ ਇਹ ਚਾਰੇ ਚੀਜ਼ਾਂ ਹਉਮੈ ਦੇ ਘਟਣ ਨਾਲ ਵਧਦੀਆਂ ਨੇ। ਹਉਮੈ ਨੂੰ ਘਟਾਉਣ ਵਾਲੀ ਤੇ ਸਰਬਸਾਂਝੀ ਜ਼ਿੰਦਗੀ ਦਾ ਚਾਅ ਪੈਦਾ ਕਰਨ ਵਾਲੀ ਚੀਜ਼ ਜਾਂ ਜੁਗਤੀ ਸਿਮਰਨ ਤੋਂ ਵੱਧ ਹੋਰ ਕੋਈ ਨਹੀਂ ਹੋ ਸਕਦੀ। ਸਿਮਰਨ ਦੇ ਆਸਰੇ ਸਿੱਖ ਕੌਮ ਬੇਮੁਥਾਜ, ਬੇਪਰਵਾਹ ਤੇ ਪਾਤਸ਼ਾਹਾਂ ਦੀ ਪਾਤਸ਼ਾਹ ਬਣ ਸਕਦੀ ਹੈ। ਸਿਮਰਨ ਤੋਂ ਬਣੀਆਂ ਅੱਖਾਂ ਨੂੰ ਦੁਨੀਆਂ ਦੇ ਰਾਜ ਤੇ ਸਵਰਗ ਦੇ ਰਾਜ ਬੜੇ ਮਾਮੂਲੀ ਦਿਸਦੇ ਨੇ। ਪਾਪ, ਜੀਵ ਜਾਂ ਇਨਸਾਨ ਰਸੀ ਹੈ, ਰਸਾਂ ਦਾ ਭੁੱਖ ਹੈ। ਰਸ ਹੀ ਇਸ ਦੀ ਸਾਰੀ ਜ਼ਿੰਦਗੀ ਦਾ ਆਧਾਰ ਨੇ। ਰਸਾਂ ਦੀ ਢੂੰਡ ਵਿੱਚ ਦਿਨ ਰਾਤ ਮਾਰਿਆ ਮਾਰਿਆ ਫਿਰਦਾ। ਇਸ ਦੇ ਮਨ ਅੰਦਰ ਸੁੱਤੇ ਸਿੱਧ ਹੀ ਪਰਮ ਰਸ ਨੂੰ ਪ੍ਰਾਪਤ ਕਰਨ ਦੀ ਖਾਹਿਸ਼ ਲੁਕੀ ਹੋਈ ਹੈ, ਕਿਉਂਕਿ ਇਸ ਨੂੰ ਸਰੀਰਕ ਰਸਾਂ ਵਿੱਚੋਂ ਪਰਮ ਰਸ ਪ੍ਰਾਪਤ ਨਹੀਂ ਹੁੰਦਾ, ਤ੍ਰਿਪਤੀ ਨਹੀਂ ਮਿਲਦੀ। ਇਸ ਲਈ ਇਸ ਦੀ ਤਲਾਸ਼ ਖਤਮ ਨਹੀਂ ਹੁੰਦੀ, ਭਟਕਣਾ ਮੁੱਕਦੀ ਨਹੀਂ। ਰਸਾਂ ਦੀ ਪ੍ਰਾਪਤੀ ਵਾਸਤੇ ਇਨਸਾਨ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਆਦਿਕ ਸਭ ਜਜ਼ਬਿਆਂ ਦੀ ਸਹਾਇਤਾ ਲੈਂਦਾ, ਪਾਪਾਂ ਤੇ ਵਿਕਾਰਾਂ ਦੀ ਸ਼ਰਨ ਵਿੱਚ ਪੈਂਦਾ, ਕਿਉਂਕਿ ਇਸ ਨੂੰ ਇਹਨਾਂ ਦੀ ਜੜ ਵਿੱਚ ਕਿਸੇ ਪਰਮ ਸੁੱਖ ਦਾ ਜਾਂ ਪਰਮ ਰਸ ਦਾ ਝਲਕਾਰਾ ਨਜ਼ਰ ਆਉਂਦਾ। ਭਾਵੇਂ ਇਹ ਝਲਕਾਰਾ ਹਿਰਨ ਵਾਂਗ ਚਮਕਦੀ ਹੋਈ ਰੇਤ ਨੂੰ ਪਾਣੀ ਸਮਝਣ ਦੀ ਤਰ੍ਹਾਂ ਝੂਠਾ ਤੇ ਭੁਲੇਖਾ ਦੇਣ ਵਾਲਾ ਹੀ ਹੋਵੇ, ਪਰ ਜਦੋਂ ਤੱਕ ਇਹ ਭੁਲੇਖਾ ਨਾ ਨਿਕਲੇ ਉਦੋਂ ਤੱਕ ਇਨਸਾਨ ਇਸ ਫਰੇਬ ਦਾ ਸ਼ਿਕਾਰ ਹੋਇਆ ਹੀ ਰਹਿੰਦਾ। ਲੋਭੀ ਆਦਮੀ ਲੋਭ ਕਰਦਾ ਤੇ ਉਸਦੇ ਲੋਭ ਮਗਰ ਦੁਨੀਆਂ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਉੱਤੇ ਕਬਜ਼ਾ ਕਰਕੇ ਹਮੇਸ਼ਾ ਸੁਖੀ ਤੇ ਬੇਮੁਥਾਜ ਵਸਣ ਦੀ ਲਾਲਸਾ ਹੁੰਦੀ ਹੈ। ਸਭ ਚੀਜ਼ਾਂ ਦਾ ਮਾਲਕ ਬਣ ਕੇ ਰਹਿਣ ਦੀ ਖਾਹਿਸ਼ ਇਨਸਾਨ ਦਾ ਕੁਦਰਤੀ ਸੁਭਾਅ ਹੈ, ਪਰ ਸਮਝ ਨਾ ਆਉਣ ਕਰਕੇ ਆਪਣੇ ਮਨੋਰਥ ਨੂੰ ਗਲਤ ਤਰੀਕਿਆਂ ਨਾਲ ਪੂਰਾ ਕਰਨਾ ਚਾਹੁੰਦਾ। ਉਹ ਇਸ ਸੰਸਾਰ ਦੀਆਂ ਵੰਡੀਆਂ ਪਾਉਂਦਾ ਤੇ ਦੂਜੇ ਸਾਰਿਆਂ ਨਾਲੋਂ ਵੱਧ ਹਿੱਸਾ ਲੈਣਾ ਚਾਹੁੰਦਾ। ਉਸ ਨੂੰ ਜਦੋਂ ਇਸ ਤਰ੍ਹਾਂ ਕਰਨ ਵਿੱਚ ਕਾਮਯਾਬੀ ਨਹੀਂ ਹੁੰਦੀ ਜਾਂ ਜੇ ਕਾਮਯਾਬੀ ਹੋ ਵੀ ਜਾਵੇ ਤਾਂ ਸੰਤੋਖ ਨਹੀਂ ਆਉਂਦਾ, ਫਿਰ ਨਿਰਾਸ਼ ਤੇ ਦੁਖੀ ਹੁੰਦਾ। ਜਿਉਂ ਜਿਉਂ ਲੋਭ ਪੂਰਾ ਕਰਦਾ ਤਿਉਂ ਤਿਉਂ ਇਹ ਵਧੀ ਜਾਂਦਾ ਤੇ ਅਖੀਰ ਵਿੱਚ ਸੁੱਖਾਂ ਦੀ ਬਜਾਏ ਇਹ ਲੋਭ ਹੀ ਦੁੱਖਾਂ ਦਾ ਕਾਰਨ ਹੋ ਜਾਂਦਾ। ਇਸੇ ਤਰ੍ਹਾਂ ਕਾਮ ਵਿੱਚ ਇਨਸਾਨ ਨੂੰ ਬੜਾ ਸੁੱਖ ਤੇ ਖੁਸ਼ੀ ਭਾਸਦੀ ਹੈ, ਜਿਉਂ ਜਿਉਂ ਇਨਸਾਨ ਕਾਮ ਚੇਸ਼ਟਾ ਦੀ ਪੂਰਤੀ ਕਰਦਾ ਇਹ ਸਗੋਂ ਹੋਰ ਵੱਧ ਜਾਂਦੀ ਹੈ। ਜਿਵੇਂ ਜਿਵੇਂ ਇਹ ਵਧੇ ਉਵੇਂ ਉਵੇਂ ਇਨਸਾਨ ਸਗੋਂ ਵਿਕਾਰੀ ਆਦਤਾਂ ਦਾ ਗੁਲਾਮ ਤੇ ਕਮਜ਼ੋਰ ਹੋ ਜਾਂਦਾ। ਚੰਗੀ ਤਰ੍ਹਾਂ ਵਿਚਾਰਨ ਨਾਲ ਪਤਾ ਲੱਗੇਗਾ ਕਿ ਇਸ ਇੱਛਾ ਦੇ ਵਿੱਚ ਵੀ ਇਨਸਾਨ ਦੀ ਕਿਸੇ ਪਰਮ ਸੁੱਖ ਜਾਂ ਸ਼ਾਂਤੀ ਹਾਸਲ ਕਰਨ ਦੀ ਅਭਿਲਾਸ਼ਾ ਮੌਜੂਦ ਹੈ। ਪਰਮ ਸੁੱਖ ਨੂੰ ਨਾ ਜਾਣਦਿਆਂ ਅਨਕਾਨਸ਼ੀਅਸਲੀ ਅਣਜਾਣਪੁਣੇ ਵਿੱਚ ਉਸ ਦੀ ਤਲਾਸ਼ ਵਿੱਚ ਭਟਕ ਰਿਹਾ ਹੁੰਦਾ। ਜਦੋਂ ਪਰਮ ਸੁੱਖ ਦਾ ਝਲਕਾਰਾ ਉਸ ਨੂੰ ਕਾਮ ਦੀ ਨਿਵਿਰਤੀ ਵਿੱਚ ਦਿਸਦਾ ਤਾਂ ਬੜਾ ਸੁਖੀ ਹੁੰਦਾ, ਪਰ ਇਹ ਵੀ ਅੰਤ ਉਸ ਦਾ ਭੁਲੇਖਾ ਹੀ ਸਾਬਤ ਹੁੰਦਾ, ਨਾ ਹੀ ਉਸ ਦੀ ਪਰਮ ਸੁੱਖ ਦੀ ਪਿਆਸ ਬੁੱਝਦੀ ਹੈ ਤੇ ਨਾ ਹੀ ਭਟਕਣਾ ਬੰਦ ਹੁੰਦੀ ਹੈ। ਮੋਹ ਵਿੱਚ ਵੀ ਇਸੇ ਤਰ੍ਹਾਂ ਜੀਵ ਮਹਾ ਆਨੰਦ ਪ੍ਰਤੀਤ ਕਰਦਾ ਹੈ, ਕਿਉਂਕਿ ਉਸ ਨੂੰ ਸੱਚੇ ਆਨੰਦ ਦੀ ਸੂਝ ਸਮਝ ਹੀ ਨਹੀਂ ਹੁੰਦੀ। ਇਸ ਲਈ ਉਹ ਉਸ ਝੂਠੇ ਆਨੰਦ ਨੂੰ ਜਿਹੜਾ ਦੁਨਿਆਵੀ ਮੋਹ ਤੋਂ ਪ੍ਰਾਪਤ ਹੁੰਦਾ ਹੈ ਉਸ ਨੂੰ ਜੱਫੇ ਮਾਰਦਾ ਤੇ ਨਿਰਾਸ਼ ਹੋਣ ਤੇ ਵੀ ਨਹੀਂ ਛੱਡਦਾ। ਮੋਹ ਦੀ ਜੜ ਵਿੱਚ ਵੀ ਜੀਵ ਦੀ ਉਹਾ ਪਰਮ ਸੁੱਖ ਦੀ ਤਲਾਸ਼ ਮੌਜੂਦ ਹੈ। ਜਦੋਂ ਇਸ ਵਿੱਚੋਂ ਉਸ ਨੂੰ ਪਰਮ ਆਨੰਦ ਹਾਸਲ ਨਹੀਂ ਹੁੰਦਾ ਤਾਂ ਦੁਖੀ ਤੇ ਵਿਆਕਲ ਹੁੰਦਾ।
पर परम सुख ते उस दी प्राप्ति दे साधन ना आउण करके उस दे परछावे दुनियावी मोह विच ही गलतान रहिंदा है। क्रोध ते हंकार दी जड़ विच वी जीव दी असल स्वैमानता भाव सैल्फ रिस्पैक्ट जो कि रब्बी दात है उस दी नाजायज ते गलत होंद मौजूद रहिंदी है। जीव अपने आप नूं जलील हुंदा शर्मिंदा हुंदा जां नाकामयाब हुंदा नहीं वेखना चाहुंदा क्योंकि इस दे असल विच इन्हां गल्लां नाल नफरत मौजूद है पर जदों ओ नाजायज ते गलत तरीके नाल अपने इस कुदरती सुभा नूं वरतदा है तां बड़ा दुखी हुंदा है अते क्रोध ते हंकार की अग विच सड़दा है। काम क्रोध लोभ मोह हंकार की मिलावट जो दुनिया के सारे विकारां ते झगड़ियां दा मूल कारण है जिवें के नैशनलिज्म लोभ मोह ते हंकार की मिलावट तो उपजी हुई बीमारी है जिसने दुनिया दियां वंडियां पा पा के वक्खो वक्ख मुल्कां दे वसनीकां नूं एक दूजे दी जान दा वैरी बना छड्डिया। इसे तरह दुनिया दियां सारियां औकड़ां ते मुश्किलां विचार करन नाल इन्हां पंजां मुढ़ले पापां नाल ही संबंध रखदियां दिसणगियां। ये पंजे पाप हौमै तो पैदा हुंदे ने ते जदों तक हौमै कायम रहे मौजूद रहिंदे ने। हौमै दे कटन नाल कट जांदे ने ते हौमै दे वधन नाल वध जांदे ने ते जदों हौमै खत्म हो जाए तां फिर भी खत्म हो जांदे ने। इस वास्ते गुरबाणी विच ओना जोर काम क्रोध लोभ मोह हंकार आदिक मारन नूं नहीं दिता गया जिन्ना हौमै नूं मारन ते दिता गया। हौमै जड़ है ते पाप आदिक तना ते पत्ते ने जो जड़ दे कायम रहण नाल कायम रहिंदे ने ते जड़ दे सुक जाण नाल खुद बखुदी सुक जांदे ने। सिमरन अभ्यास नाल जिवें जिवें ज्ञान पैदा हुंदा है ओवें ओवें हौमै कमजोर हो जांदी है ते जिवें जिवें हौमै कमजोर हुंदी है सारे पाप जां बीमारियां खुद बखुद बगैर किसी खास यतन करन दे मुक जांदे ने। जदों परम सुख नजर आने लग पैंदा है ते अभ्यासी नूं उस दे प्राप्त करन दा वल आ जांदा है फिर वह अपनी हौमै नूं ते हौमै तो पैदा होईयां बीमारियां नूं असत भाव सदीवी ना रहण वालियां समझन लग पैंदा है ते वह महसूस कर लैंदा है कि हौमै तो रहत वह सदीवी जिंदगी हासिल कर सकदा है जिस विच ना हौमै ते ना ही हौमै तो पैदा होईयां बीमारियां दी खराबियां दी कोई गुंजाइश है। परम सुख दे हासिल होण तक पापां तो पूरा छुटकारा पाउणा मुश्किल है। जहरा तौर ते शरीर द्वारा जां अमलां द्वारा भावें पाप मन विच मौजूद रहिंदे ने इस वास्ते शरीरक जिंदगी कायम है ते हौमै दियां शाखावां काम क्रोध लोभ मोह ते हंकार दा वी किसे हद तक कायम रहना बड़ा जरूरी है। इसे वास्ते सिख धर्म विच गृहस्थ जीवन नूं विशेषता दित्ती गई कि काम क्रोध आदिक जज्बियां दी ठीक वरतों करदियां हौली हौली इन्हां तों छुटकारा पाउणा गुरसिख दा आदर्श है जिस नूं इह कदे भुल्ले ना। सच्चा खोजी जदों काम दी निवृत्ति विच पूर्ण सुख नहीं ना वेखदा ते सिमरन अभ्यास विच मुराद पूरी होण दी उम्मीद अनुभव करदा तां हौली हौली काम चेष्टा वल्लों उस दी बिरती उखड़ जांदी है ते सिमरन विच परपक हो जांदी है। पापां तों छुटकारा पाउण दे साधन पहला तरीका पापां कोलों छुटकारा पापां नाल लड़ाई पाया नहीं हुंदा लड़ाई कीतिया नहीं हुंदा सगों इस तरह करन नाल जिंदगी बहुत वार निराश ते तलख हो जांदी है।
काम क्रोध आदि नाल अंधा धुद युद्ध करना, दरिया के चढ़ते पासे वल जाण दा यतन करन वाली गल है जिस नाल आदमी बहुत जल्दी थक जांदा है ते कमजोरी की हालत विच सगों पानी दे वहन दे अधीन हो जांदा है। इन्हां तों छुटकारा पाउण दा पहला तरीका इन्हां दे बनाए जाण दे असल कारण नूं समझण दी कोशिश करना। वाहिगुरू की मर्जी अनुसार ये बनाए गए ने ते इन्हां दी जायज वरतों नुकसान करन दी बजाय सगों वाहिगुरू की प्राप्ति विच मदद करदी है। दूजा तरीका पापां ते विकारां तों छुटकारा पाउण दा तरीका इन्हां नूं तुच्छ समझना। जेकर काम क्रोध आदि विकारां नूं महान ताकत समझ लईए तां मन इन्हां तों डर के सगों इन्हां दे अधीन हो जांदा है। इन्हां नूं जितण वास्ते जरूरी है कि इन्हां नूं मामूली कमजोर ते जलील समझिया जाए ते अपने आप नूं राम की अंश जाणदिआं इन्हां नूं जितण दे समर्थ समझना चाहीदा है। जित पहलों अभ्यासी दे मन विच निवास करदी ते फिर दुनिया विच जाहर हुंदी है। इस तरह समझण नाल मन बलवान हो जांदा है ते सिमरन अभ्यास दे आसरे ते वाहिगुरु दी अपार कृपा नाल शक्ति दा आसरा रख के जदों निरपैता नाल विषय विकारां वल तकीए ना तां इह बड़े ही निर्बल फरेबी ते कायर जापण लग पैंदे ने। अद्धी जित तां इसे तरह ही हो जांदी है। तीसरा तरीका पापां तों छुटकारे दा तीजा तरीका गुरबाणी नाल प्यार ते सिमरन अभ्यास दा लगातार करना है। सिमरन दे जरिए जिवें जिवें परम सुख दे नेड़े हुंदे जाइए मन दे सारे रोग झूठे सुख झूठियां दिलचस्पियां विकार ते मलीन ख्वाहिशां गायब हुंदियां जांदियां ने। मैं सिमरन नूं दुनिया दे सब दुखां दी निवृत्ति दा उपास समझना ते सर्ब रोग का औखद नाम एक यूनीवर्सल ट्रुथ भाव सारे संसार की इको एक अटल सच्चाई है जो दुखी ते रोगी दुनिया नूं वंगार वंगार के अपने वाल बुला रही है। जदों तक परम सुख की प्राप्ति ना हो जाए उदों तक गृहस्थी जीवन विच रहिंदिआं पापां नूं दिलों नफरत करदिआं होइआं इन्हां नूं तुच्छ समझदिआं इन्हां नूं जित्तण दी ख्वाहिश रखदिआं होइआं परम सुख की प्राप्ति वल हंबले मारदे रहना चाहीदा है। पापां नाल प्यार करना बुरा है। इस तरह कीतिआं उह अपने पंजे विचों निकलण नहीं देंदे ते परम सुख नूं प्राप्त नहीं करन देंदे। एक महात्मा आख्या करदे सन जिमें मनुख नूं पेशाब करन दी हाजत हुंदी है ते इंसान इस नूं पूरियां करदा है पर इंदे नाल प्यार नहीं पाउंदा। इसे तरह पापां विकारां ते मन दीयां कमजोरियां नाल ही साडा सलूक होना चाहीदा है। इन्हां दी बहुती परवाह नहीं करनी चाहीदी। जिस दी बहुती परवाह करो सगों वह बहुती पक्की हो जाती है ते सच्ची जापन लग पैंदी है ते जिस नूं सच समझिए उन्हों छड़न दा हौसला ही नहीं पैदा होंदा। सिमरन अभ्यास दे जरिए चढ़दी कला विच रहिंदिआं परम सुख वल तुरी जाना चाहीदा है। जदों रोशनी प्रगट हुंदी है ना तां सदियां दा हनेरा अख दे फरकण विच ही गायब हो जांदा है। इहा हाल हौमै दा ते हौमै तों पैदा होईआं सारियां कमजोरियां दा है। सुपने विच इंसान इन्हां दे भुलेखे दा शिकार बनी बैठा है ते जदों तक यह भुलेखा यह सुपना कायम है हौमै तों छुटकारा पाउणा असंभव है। पर जदों एक बार अख खुल जाए ना सुपना ते सुपने दा सारा डर फौरन हमेशा लई गायब हो जांदा है। अख खोलण वास्ते ना नाम दा हलूणा बड़ा जरूरी है। गुरु जी कहिंदे ने आन रसा जेते तैं चाखे निमख ना तृष्णा तेरी लाथे हर रस का तू चाखै साध चाखत होए रहै बिस्माद।
ਬਿਮਾਰੀ ਅਤੇ ਦੇਹ ਅਰੋਗਤਾ। ਭਜਨ ਸਿਮਰਨ ਕਰਨ ਵਾਸਤੇ ਸਰੀਰ ਦਾ ਤੇ ਦਿਮਾਗ ਦਾ ਤੰਦਰੁਸਤ ਹੋਣਾ ਹੋਰ ਸਭ ਗੱਲਾਂ ਨਾਲੋਂ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿਮਰਨ ਕਰਨ ਵਿੱਚ ਦਿਮਾਗ ਤੇ ਸਰੀਰ ਦੀ ਰਗ ਰਗ ਨੂੰ ਸਾਵਧਾਨ ਰੱਖਣਾ ਪੈਂਦਾ। ਇਸੇ ਲਈ ਅਰਦਾਸੇ ਵਿੱਚ ਗੁਰੂ ਕੇ ਸਿੱਖ ਵਾਹਿਗੁਰੂ ਪਾਸੋਂ ਰੋਜ਼ ਦੇਹ ਅਰੋਗਤਾ ਮੰਗਦੇ ਨੇ। ਇਸ ਲਈ ਅੱਜ ਦੀਆਂ ਇਹਨਾਂ ਵਿਚਾਰਾਂ ਵਿੱਚ ਅਸੀਂ ਮਨ ਤੇ ਸਰੀਰ ਨੂੰ ਅਰੋਗ ਰੱਖਣ ਸੰਬੰਧੀ ਕੁਝ ਖਿਆਲ ਦਰਜ ਕਰ ਰਹੇ ਹਾਂ, ਜਿਹੜੀਆਂ ਵਿਚਾਰਾਂ ਮੇਰੇ ਤਜਰਬੇ ਵਿੱਚ ਬੜੀਆਂ ਲਾਭਦਾਇਕ ਸਾਬਤ ਹੋਈਆਂ ਨੇ। ਇਨਸਾਨ ਨੂੰ ਬਿਮਾਰੀ ਨੇ ਜਿੰਨਾ ਦੁਖੀ ਕੀਤਾ ਹੋਇਆ ਉਨਾ ਸ਼ਾਇਦ ਹੀ ਕਿਸੇ ਹੋਰ ਤਕਲੀਫ ਨੇ ਦੁਖੀ ਕੀਤਾ ਹੋਵੇ, ਕਿਉਂਕਿ ਬਿਮਾਰੀ ਦਾ ਸਿੱਧਾ ਅਸਰ ਸਰੀਰ ਤੇ ਹੁੰਦਾ। ਇਸ ਲਈ ਇਨਸਾਨ ਬਿਮਾਰੀ ਤੋਂ ਬੜਾ ਭੈ ਭੀਤ ਰਹਿੰਦਾ। ਬਿਮਾਰੀ ਤੋਂ ਬਚਣ ਤੇ ਇਹਦਾ ਮੁਕਾਬਲਾ ਕਰਨ ਵਾਸਤੇ ਇਨਸਾਨ ਨੇ ਕੋਸ਼ਿਸ਼ ਬੜੀ ਕੀਤੀ ਹੈ। ਡਾਕਟਰਾਂ ਹਕੀਮਾਂ ਦਾ ਇੰਨੀ ਵੱਧ ਗਿਣਤੀ ਵਿੱਚ ਆਉਣਾ, ਹਜ਼ਾਰਾਂ ਦਵਾਈਆਂ ਨਜ਼ਰ ਆਉਣੀਆਂ, ਵੱਡੇ ਵੱਡੇ ਹਸਪਤਾਲ ਦਿਸਣੇ, ਇਹ ਬਹੁਤ ਸਾਰੇ ਸਬੂਤ ਨੇ ਕਿ ਇਨਸਾਨ ਬਿਮਾਰੀ ਤੋਂ ਬੜਾ ਡਰਦਾ ਤੇ ਇਹਦੇ ਤੋਂ ਛੁਟਕਾਰਾ ਪਾਉਣ ਦੇ ਬੜੇ ਬੜੇ ਯਤਨ ਸੋਚਦਾ ਰਹਿੰਦਾ। ਪਰ ਸੱਚ ਗੱਲ ਤੇ ਇਹ ਆ ਕਿ ਜਿਵੇਂ ਜਿਵੇਂ ਡਾਕਟਰਾਂ ਦਵਾਈਆਂ ਤੇ ਹਸਪਤਾਲਾਂ ਦੀ ਗਿਣਤੀ ਵੱਧ ਰਹੀ ਹੈ, ਉਵੇਂ ਉਵੇਂ ਬਿਮਾਰੀਆਂ ਸਗੋਂ ਹੋਰ ਨਵੀਆਂ ਨਵੀਆਂ ਸ਼ਕਲਾਂ ਵਿੱਚ ਪੈਦਾ ਹੋ ਰਹੀਆਂ ਨੇ। ਅੱਜ ਇਹੋ ਜਿਹੀਆਂ ਕਈ ਪੇਚੀਦਾ ਬਿਮਾਰੀਆਂ ਪੈਦਾ ਹੋ ਗਈਆਂ ਨੇ ਜਿਨ੍ਹਾਂ ਦਾ ਸਾਡੇ ਬਜ਼ੁਰਗਾਂ ਨੂੰ ਪਤਾ ਵੀ ਨਹੀਂ ਸੀ। ਪੂਰਨ ਸਿਹਤ ਵਾਲੇ ਇਨਸਾਨ ਤੇ ਬਹੁਤ ਵਿਰਲੇ ਨਜ਼ਰ ਆਉਂਦੇ ਨੇ। ਡਾਕਟਰ ਜੇਮਸ ਜੌਨ, ਜੋ ਕਿ ਇੰਗਲੈਂਡ ਦੇ ਬਾਦਸ਼ਾਹ ਵਿਲੀਅਮ ਫੋਰਥ ਦਾ ਸਰਜਨ ਤੇ ਡਾਕਟਰ ਸੀ, ਉਸਨੇ ਇੱਕ ਥਾਂ ਤੇ ਲਿਖਿਆ, ਉਹ ਕਹਿੰਦੇ ਨੇ, ਮੈਂ ਆਪਣੀ ਸੱਚੀ ਰਾਏ ਜੋ ਕਿ ਮੁੱਦਤਾਂ ਦੇ ਤਜਰਬੇ ਤੇ ਵਿਚਾਰ ਤੋਂ ਬਾਅਦ ਪੈਦਾ ਹੋਈ ਹੈ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕਿ ਜੇ ਦੁਨੀਆਂ ਵਿੱਚ ਇੱਕ ਵੀ ਡਾਕਟਰ ਜਾਂ ਦਵਾਈਖਾਨਾ ਨਾ ਹੁੰਦਾ ਤਾਂ ਦੁਨੀਆਂ ਵਿੱਚ ਬਿਮਾਰੀ ਵੀ ਬਹੁਤ ਘੱਟ ਤੇ ਮੌਤ ਵੀ ਬਹੁਤ ਘੱਟ ਹੋਣੀ ਸੀ। ਯੂਰਪ ਤੇ ਅਮਰੀਕਾ ਵਿੱਚ ਡਾਕਟਰਾਂ ਨੇ ਬੜੇ ਤਜਰਬੇ ਕਰਨ ਮਗਰੋਂ ਇਹ ਵੇਖਿਆ ਕਿ ਬਿਮਾਰੀ ਜਿਸਮ ਉੱਤੇ ਜ਼ਾਹਰ ਹੋਣ ਤੋਂ ਪਹਿਲਾਂ ਮਨ ਜਾਂ ਦਿਮਾਗ ਵਿੱਚ ਜ਼ਾਹਰ ਹੁੰਦੀ ਹੈ ਤੇ ਜਿਵੇਂ ਜਿਵੇਂ ਮਰੀਜ਼ ਦਾ ਖਿਆਲ ਪੱਕਾ ਹੁੰਦਾ ਜਾਵੇ ਦਿਮਾਗ ਤੋਂ ਬਾਅਦ ਬਿਮਾਰੀ ਸਰੀਰ ਤੇ ਅਸਰ ਕਰਦੀ ਹੈ। ਜਿਵੇਂ ਕਿ ਪਸੀਨਾ ਆਉਣ ਤੋਂ ਠੰਡੀ ਹਵਾ ਵਿੱਚ ਖਲੋਣ ਨਾਲ ਕਮਜ਼ੋਰ ਬੰਦੇ ਨੂੰ ਪਹਿਲਾਂ ਪਹਿਲ ਖਿਆਲ ਆਵੇਗਾ ਕਿ ਉਹਨੂੰ ਸਰਦੀ ਲੱਗ ਗਈ। ਇਸ ਖਿਆਲ ਨੂੰ ਘੜੀ ਮੁੜੀ ਦੁਹਰਾਉਣ ਨਾਲ ਉਸਦੇ ਮਨ ਵਿੱਚ ਬੁਖਾਰ ਦੀ ਖਿਆਲੀ ਤਸਵੀਰ ਬਣੇਗੀ ਤੇ ਹੌਲੀ ਹੌਲੀ ਉਹਨੂੰ ਠੰਡ ਲੱਗਣੀ ਤੇ ਬੁਖਾਰ ਚੜ੍ਹਨਾ ਸ਼ੁਰੂ ਹੋ ਜਾਏਗਾ। ਸਭ ਬਿਮਾਰੀਆਂ ਦੀ ਉਤਪਤੀ ਇਸੇ ਤਰ੍ਹਾਂ ਹੁੰਦੀ ਹੈ, ਪਹਿਲਾਂ ਮਨ ਬਿਮਾਰ ਹੁੰਦਾ ਤੇ ਬਾਅਦ ਵਿੱਚ ਸਰੀਰ। ਡਾਕਟਰ ਅਲੈਗਜ਼ੈਂਡਰ ਕੈਨਨ MD ਲਿਖਦੇ ਨੇ ਕਿ ਕਿਸੇ ਐਸੀ ਬਿਮਾਰੀ ਦਾ ਖਿਆਲ ਕਰਕੇ ਜਿਹੜੀ ਆਦਮੀ ਨੂੰ ਬਿਲਕੁਲ ਹੀ ਨਾ ਹੋਵੇ, ਉਹ ਆਪਣੇ ਸਰੀਰ ਵਿੱਚ ਐਸੀਆਂ ਹਾਲਤਾਂ ਪੈਦਾ ਕਰ ਸਕਦਾ ਹੈ ਜਿਨ੍ਹਾਂ ਨਾਲ ਸਮਾਂ ਪਾ ਕੇ ਉਸਨੂੰ ਉਹ ਬਿਮਾਰੀ ਹੋ ਵੀ ਸਕਦੀ ਹੈ ਤੇ ਉਸ ਬਿਮਾਰੀ ਨਾਲ ਉਹ ਮਰ ਵੀ ਸਕਦਾ ਹੈ। ਜਿਸ ਤਰ੍ਹਾਂ ਮਨ ਦੇ ਬਿਮਾਰ ਹੋਇਆਂ ਸਰੀਰ ਬਿਮਾਰ ਹੋ ਜਾਂਦਾ ਹੈ, ਉਸੇ ਤਰ੍ਹਾਂ ਮਨ ਦੇ ਰਾਜ਼ੀ ਹੋਇਆਂ ਸਰੀਰ ਰਾਜ਼ੀ ਹੋ ਜਾਂਦਾ ਹੈ। ਆਮ ਤੌਰ ਤੇ ਡਾਕਟਰ ਦੇ ਆਉਣ ਨਾਲ ਮਰੀਜ਼ ਨੂੰ ਹੌਸਲਾ ਤੇ ਧੀਰਜ ਆ ਜਾਂਦਾ ਹੈ ਤੇ ਜਿੰਨਾ ਚਿਰ ਡਾਕਟਰ ਬੈਠਾ ਰਹੇ ਮਰੀਜ਼ ਦਾ ਦੁੱਖ ਘਟਿਆ ਰਹਿੰਦਾ, ਜਿਸ ਦਾ ਕਾਰਨ ਸਿਰਫ ਇਹ ਹੈ ਕਿ ਡਾਕਟਰ ਦੇ ਆਉਣ ਨਾਲ ਉਸਦੇ ਹੌਸਲੇ ਦੀਆਂ ਗੱਲਾਂ ਕਰਨ ਨਾਲ ਤੇ ਬਿਮਾਰੀ ਨੂੰ ਹਟਾ ਦੇਣ ਦਾ ਵਾਅਦਾ ਕਰਨ ਨਾਲ ਮਰੀਜ਼ ਦਾ ਦਿਲ ਤੇ ਦਿਮਾਗ ਤਕੜਾ ਹੋ ਜਾਂਦਾ, ਖਿਆਲ ਪੱਕੇ ਹੋ ਜਾਂਦੇ ਨੇ। ਇਸ ਵਾਸਤੇ ਬਿਮਾਰੀ ਘੱਟ ਪ੍ਰਤੀਤ ਹੁੰਦੀ ਹੈ, ਕਿਉਂਕਿ ਬਿਮਾਰੀ ਦਾ ਡਰ ਬੰਦੇ ਨੂੰ ਬਿਮਾਰ ਕਰਨ ਵਿੱਚ ਬੜੀ ਮਦਦ ਕਰਦਾ ਹੈ। ਇਸ ਲਈ ਜੇ ਆਦਮੀ ਬਿਮਾਰੀ ਤੋਂ ਡਰੇ ਨਾ ਤਾਂ ਉਸ ਨੂੰ ਬਿਮਾਰੀ ਆ ਨਹੀਂ ਸਕਦੀ।
ਪਲੇਗ ਜਾਂ ਹੈਜ਼ੇ ਦੇ ਦਿਨਾਂ ਵਿੱਚ ਵੇਖਿਆ ਗਿਆ ਹੈ ਕਿ ਮਜ਼ਬੂਤ ਦਿਲ ਦੇ ਇਨਸਾਨ ਬਿਮਾਰਾਂ ਦੀ ਹੱਥੀਂ ਸੇਵਾ ਕਰਕੇ, ਮੁਰਦਿਆਂ ਨਾਲ ਛੋਹ ਕੇ ਜਾਂ ਆਪਣੇ ਹੱਥੀਂ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਨਾਲ ਵੀ ਬਿਲਕੁਲ ਰਾਜ਼ੀ ਬਾਜ਼ੀ ਰਹੇ। ਇਸ ਦੇ ਉਲਟ ਕਮਜ਼ੋਰ ਖਿਆਲਾਂ ਦੇ ਬੰਦੇ ਬਿਮਾਰੀ ਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਨੇ ਅਤੇ ਬਹਾਨੇ ਪਾ ਪਾ ਕੇ ਬਿਮਾਰ ਹੁੰਦੇ ਨੇ। ਹਸਪਤਾਲ ਵਿੱਚ ਇੱਕ ਬੰਦੇ ਨੂੰ ਸ਼ੱਕ ਹੋ ਗਿਆ ਕਿ ਜਿਸ ਬਿਸਤਰੇ 'ਤੇ ਉਹ ਸੌਂਦਾ ਉਸ ਬਿਸਤਰੇ 'ਤੇ ਇੱਕ ਹੈਜ਼ੇ ਦਾ ਬਿਮਾਰ ਰਹਿ ਚੁੱਕਾ ਹੈ। ਕੁਝ ਦਿਨਾਂ ਮਗਰੋਂ ਉਸ ਨੂੰ ਹੈਜ਼ਾ ਹੋ ਗਿਆ ਅਤੇ ਸੱਚੀ ਮੁੱਚੀ ਉਹ ਹੈਜ਼ੇ ਨਾਲ ਮਰ ਗਿਆ। ਹਾਲਾਂਕਿ ਇਹ ਗੱਲ ਬਿਲਕੁਲ ਗਲਤ ਸੀ ਕਿ ਉਸ ਬਿਸਤਰੇ ਵਿੱਚ ਹੈਜ਼ੇ ਦਾ ਕੋਈ ਬਿਮਾਰ ਰਹਿ ਚੁੱਕਾ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਸਾਬਤ ਹੁੰਦਾ ਹੈ ਕਿ ਬਿਮਾਰੀ ਖਿਆਲ, ਵਹਿਮ ਜਾਂ ਡਰ ਤੋਂ ਪੈਦਾ ਹੁੰਦੀ ਹੈ ਅਤੇ ਇਸ ਦਾ ਪਹਿਲਾ ਹਮਲਾ ਦਿਮਾਗ ਜਾਂ ਮਨ ਜਾਂ ਖਿਆਲਾਂ 'ਤੇ ਹੁੰਦਾ ਹੈ। ਇਸ ਤੋਂ ਬਾਅਦ ਇਹ ਜਿਸਮ 'ਤੇ, ਸਰੀਰ 'ਤੇ ਅਸਰ ਕਰਦੀ ਹੈ। ਬਿਮਾਰੀ ਤੋਂ ਬਚਣ ਦਾ, ਉਸ ਦਾ ਮੁਕਾਬਲਾ ਕਰਨ ਵਾਸਤੇ ਜਿਹੜਾ ਤਰੀਕਾ ਸਾਡੇ ਬਜ਼ੁਰਗਾਂ ਨੂੰ ਪਤਾ ਸੀ, ਉਸ ਦਾ ਕਾਫੀ ਪ੍ਰਚਾਰ ਯੂਰਪ ਵਿੱਚ ਅਤੇ ਅਮਰੀਕਾ ਵਿੱਚ ਹੋ ਚੁੱਕਾ ਅਤੇ ਅੱਜ ਕੱਲ੍ਹ ਵੀ ਹੋ ਰਿਹਾ ਅਤੇ ਉਹ ਆਤਮਿਕ ਤਰੀਕਾ ਸੀ ਸਰਬ ਰੋਗ ਕਾ ਔਖਦ ਨਾਮ। ਇਸ ਆਤਮਿਕ ਤਰੀਕੇ ਨਾਲ ਬਿਮਾਰੀਆਂ ਤੋਂ ਬਹੁਤ ਜਲਦੀ ਅਤੇ ਪੱਕੇ ਤੌਰ 'ਤੇ ਰਾਜ਼ੀ ਹੋ ਜਾਈਦਾ ਹੈ। ਦਵਾਈਆਂ ਨਾਲ ਠੀਕ ਹੋਇਆ ਬੰਦਾ ਹਮੇਸ਼ਾ ਦਵਾਈਆਂ ਦਾ ਮੁਤਾਜ ਹੋ ਜਾਂਦਾ ਹੈ, ਪਰ ਆਤਮਿਕ ਤਰੀਕੇ ਨਾਲ ਠੀਕ ਹੋਇਆ ਇਨਸਾਨ ਸਗੋਂ ਬਿਮਾਰੀ 'ਤੇ ਕਾਬੂ ਪਾ ਲੈਂਦਾ ਅਤੇ ਫਿਰ ਉਹ ਨਿਰਪੈ ਹੋ ਜਾਂਦਾ ਹੈ। ਇਹੋ ਜਿਹਾ ਬੰਦਾ ਤੇ ਸਗੋਂ ਹੋਰ ਤਰੱਕੀ ਕਰਕੇ ਦੂਜੇ ਬਿਮਾਰਾਂ ਨੂੰ ਵੀ ਆਪਣੀ ਆਤਮਿਕ ਦ੍ਰਿੜਤਾ ਨਾਲ ਤੇ ਭਰੋਸੇ ਨਾਲ ਰਾਜ਼ੀ ਕਰ ਸਕਦਾ ਹੈ। ਸਿਮਰਨ ਅਭਿਆਸੀਆਂ ਨੂੰ ਇਹ ਗੱਲ ਸਿਮਰਨ ਕਰਦਿਆਂ ਚੰਗੀ ਤਰ੍ਹਾਂ ਪ੍ਰਤੀਤ ਹੋ ਜਾਂਦੀ ਹੈ ਕਿ ਇਹ ਸਰੀਰ ਇੱਕ ਜੜ ਵਸਤੂ ਹੈ ਜਿਸ ਵਿੱਚ ਕੋਈ ਜਾਨ ਨਹੀਂ, ਕੋਈ ਹਰਕਤ ਨਹੀਂ, ਕੋਈ ਮਹਿਸੂਸ ਕਰਨ ਵਾਲੀ ਸ਼ਕਤੀ ਨਹੀਂ। ਜਿਸ ਤਰ੍ਹਾਂ ਕੁਰਸੀ ਜਾਂ ਮੇਜ਼ ਨੂੰ ਬੁਖਾਰ ਨਹੀਂ ਚੜ੍ਹ ਸਕਦਾ, ਇਸੇ ਤਰ੍ਹਾਂ ਸਰੀਰ ਨੂੰ ਜੋ ਕਿ ਜੜ ਵਸਤੂ ਹੋਣ ਕਰਕੇ ਕੁਰਸੀ ਜਾਂ ਮੇਜ਼ ਆਦਿਕ ਮਟੀਰੀਅਲਿਸਟਿਕ ਚੀਜ਼ਾਂ ਦੇ ਵਾਂਗ ਹੈ, ਇਸ ਨੂੰ ਕਦੇ ਬੁਖਾਰ ਨਹੀਂ ਹੋ ਸਕਦਾ। ਸਿਮਰਨ ਅਭਿਆਸੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਉਸਦੀ ਆਤਮਾ 'ਤੇ ਨਿਰਲੇਪ ਹੈ, ਮੌਤ ਜਾਂ ਬਿਮਾਰੀ ਤੋਂ ਰਹਿਤ ਹੈ ਅਤੇ ਆਤਮਾ ਨੂੰ ਕਦੇ ਬੁਖਾਰ ਚੜ੍ਹ ਹੀ ਨਹੀਂ ਸਕਦਾ, ਨਾ ਹੀ ਕੋਈ ਹੋਰ ਦੁੱਖ ਜਾਂ ਬਿਮਾਰੀ ਉਸਦੇ ਨੇੜੇ ਆ ਸਕਦੇ ਨੇ। ਇਸ ਵਾਸਤੇ ਅਭਿਆਸੀ ਬੰਦਾ ਜਾਣਦਾ ਹੈ ਕਿ ਬੁਖਾਰ ਜੇ ਕਿਸੇ ਚੀਜ਼ ਨੂੰ ਚੜ੍ਹ ਸਕਦਾ ਤਾਂ ਸਿਰਫ ਖਿਆਲਾਂ ਨੂੰ ਜਾਂ ਮਨ ਨੂੰ ਹੀ ਚੜ੍ਹ ਸਕਦਾ। ਜਿਹੜੀ ਚੀਜ਼ ਕੇਵਲ ਖਿਆਲਾਂ ਤੋਂ ਪੈਦਾ ਹੋਵੇ ਉਹ ਖਿਆਲੀ ਹੀ ਹੁੰਦੀ ਹੈ, ਅਸਲੀਅਤ ਨਹੀਂ ਹੁੰਦੀ। ਇਸ ਵਾਸਤੇ ਅਭਿਆਸੀ ਬੰਦਾ ਸਾਰੀਆਂ ਬਿਮਾਰੀਆਂ ਨੂੰ ਅਸੱਤ, ਝੂਠੀਆਂ, ਧੋਖਾ, ਫਰੇਬ ਜਾਂ ਮਾਇਆ ਹੀ ਸਮਝਦਾ। ਕਿਸੇ ਵੀ ਕਿਸਮ ਦੀ ਬਿਮਾਰੀ ਉਸਦੀ ਨਜ਼ਰ ਵਿੱਚ ਕੋਈ ਮਾਇਨਾ ਨਹੀਂ ਰੱਖਦੀ। ਉਹ ਆਪਣੇ ਤੇ ਸਾਰਿਆਂ ਦੇ ਸਰੀਰਾਂ ਵਿੱਚ ਤੇ ਜ਼ਰੇ ਜ਼ਰੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਮੌਜੂਦਗੀ ਵੇਖਦਾ। ਉਹ ਜਾਣਦਾ ਕਿ ਜਿੱਥੇ ਅਕਾਲ ਪੁਰਖ ਹੋਵੇ ਉੱਥੇ ਕਿਸੇ ਮਾੜੀ ਚੀਜ਼ ਜਾਂ ਕਿਸੇ ਬਿਮਾਰੀ ਦਾ ਜਾਂ ਕਿਸੇ ਤਰ੍ਹਾਂ ਦੀ ਉਪਾਧੀ ਦਾ ਹੋਣਾ ਅਣਹੋਣੀ ਗੱਲ ਹੈ। ਇਸ ਵਾਸਤੇ ਉਹ ਬਿਮਾਰੀ ਤੋਂ ਡਰਦਾ ਹੀ ਨਹੀਂ, ਬਲਕਿ ਉਸ ਨੂੰ ਧੋਖਾ ਜਾਂ ਮਾਇਆ ਸਮਝ ਕੇ ਉਸ ਦੀ ਝੂਠੀ ਹਸਤੀ ਨੂੰ ਉਡਾ ਦਿੰਦਾ ਹੈ। ਅਭਿਆਸੀ ਪੁਰਸ਼ ਬੇਅੰਤ ਵਾਹਿਗੁਰੂ ਨਾਲ ਆਪਣੇ ਮਨ ਨੂੰ ਇੱਕ ਸੁਰ ਕਰਨਾ ਜਾਣਦਾ ਤੇ ਉਸ ਬੇਅੰਤ ਸ਼ਕਤੀ ਦੇ ਖਜ਼ਾਨੇ ਤੋਂ ਆਪਣੀ ਲੋੜ ਅਨੁਸਾਰ ਤਾਕਤ ਖਿੱਚਦਾ ਰਹਿੰਦਾ। ਉਹ ਆਪਣੀ ਜ਼ਿੰਦਗੀ ਵਾਸਤੇ, ਸਿਹਤ ਵਾਸਤੇ ਕਿਸੇ ਬਾਹਰ ਦੀ ਤਾਕਤ ਦਾ ਮੁਤਾਜ ਨਹੀਂ ਰਹਿੰਦਾ। ਜਿਹੜੇ ਲੋਕ ਸਿਮਰਨ ਅਭਿਆਸੀ ਨਹੀਂ ਪਰ ਵਾਹਿਗੁਰੂ ਸੰਬੰਧੀ ਧਾਰਮਿਕ ਪੁਸਤਕਾਂ ਪੜ੍ਹ ਪੜ੍ਹ ਕੇ ਕੁਝ ਗਿਆਨ ਜਾਂ ਸਮਝ ਰੱਖਦੇ ਨੇ, ਉਹ ਵੀ ਵਾਹਿਗੁਰੂ ਦੀ ਸ਼ਕਤੀ ਨਾਲ ਬਿਮਾਰੀਆਂ ਦਾ ਬੜਾ ਕਾਮਯਾਬੀ ਨਾਲ ਇਲਾਜ ਕਰਦੇ ਵੇਖੇ ਗਏ ਨੇ। ਮੈਂ ਕਈ ਨੇਕ ਪੁਰਸ਼ਾਂ ਨੂੰ
ਕਿੰਨੀਆਂ ਸਾਰੀਆਂ ਲਾ ਇਲਾਜ ਬਿਮਾਰੀਆਂ ਦਾ ਇਲਾਜ ਕਰਦਿਆਂ ਇਸ ਤਰ੍ਹਾਂ ਵੇਖਿਆ ਹੈ। ਭਾਵੇਂ ਇਸ ਸੰਬੰਧੀ ਇੱਕ ਵੱਖਰੀ ਕਿਤਾਬ ਅਸਾਂ ਸਰਬਰੋਗ ਕਾ ਔਖਧ ਨਾਮ ਲਿਖੀ ਹੈ, ਜਿਸ ਵਿੱਚ ਇਸ ਸਬਜੈਕਟ ਤੇ ਵਿਸਥਾਰ ਨਾਲ ਰੌਸ਼ਨੀ ਪਾਈ ਗਈ ਹੈ, ਤਾਂ ਵੀ ਇੱਥੇ ਇਸ਼ਾਰੇ ਮਾਤਰ ਇਹ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਆਤਮਿਕ ਬਲ ਨਾਲ ਜਾਂ ਸਿਮਰਨ ਅਭਿਆਸ ਨਾਲ ਅਸੀਂ ਜ਼ਿੰਦਗੀ ਦੀ ਹਰੇਕ ਮੁਸ਼ਕਲ ਦਾ ਬੜੀ ਸਫਲਤਾ ਨਾਲ ਮੁਕਾਬਲਾ ਕਰ ਸਕਦੇ ਹਾਂ। ਬੰਦਗੀ ਕਰਨ ਨਾਲ ਗ੍ਰਸਥੀ ਜੀਵਨ ਦੇ ਸਾਰੇ ਫਰਜ਼ ਬੜੀ ਸਫਲਤਾ ਨਾਲ ਨਿਭਾਏ ਜਾ ਸਕਦੇ ਨੇ, ਕਾਮਯਾਬੀ ਭਾਵੇਂ ਦੁਨਿਆਵੀ ਹੋਵੇ ਜਾਂ ਆਤਮਿਕ, ਦੋਵਾਂ ਵਾਸਤੇ ਸਿਮਰਨ ਅਭਿਆਸ ਬੜੀ ਲਾਭਦਾਇਕ ਜੁਗਤੀ ਹੈ। ਬਿਮਾਰੀ ਦਾ ਮੁੱਢ ਆਮ ਤੌਰ ਤੇ ਖਿਆਲਾਂ ਦੀ ਅਰੋਗਤਾ ਤੋਂ ਬੱਝਦਾ ਹੈ। ਇਸ ਦੇ ਉਲਟ ਜਿਸ ਆਦਮੀ ਦੇ ਖਿਆਲ ਗੰਦੇ ਜਾਂ ਅਗਿਆਨੀ ਹੋਣ, ਉਹ ਜ਼ਿਆਦਾ ਦੇਰ ਤੰਦਰੁਸਤ ਨਹੀਂ ਰਹਿ ਸਕਦਾ, ਜਦੋਂ ਕਿ ਪਵਿੱਤਰ ਖਿਆਲਾਂ ਵਾਲਾ ਪੁਰਸ਼ ਆਮ ਕਰਕੇ ਤੰਦਰੁਸਤ ਰਹਿੰਦਾ ਹੈ। ਬਿਮਾਰੀ ਦਾ ਇਲਾਜ ਆਤਮਿਕ ਤੌਰ ਤੇ ਇਹਨਾਂ ਤਰੀਕਿਆਂ ਅਨੁਸਾਰ ਕਰਨਾ ਚਾਹੀਦਾ ਹੈ। ਨੰਬਰ 1, ਬਿਮਾਰੀ ਦੇ ਡਰ ਨੂੰ ਬਿਲਕੁਲ ਨੇੜੇ ਨਹੀਂ ਆਉਣ ਦੇਣਾ ਚਾਹੀਦਾ, ਕਿਉਂਕਿ ਇਸ ਦੀ ਅਸਲ ਵਿੱਚ ਕੁਝ ਹਸਤੀ ਹੀ ਨਹੀਂ ਹੁੰਦੀ। ਬਿਮਾਰੀ ਦੇ ਖਿਆਲ ਦਾ ਬੜੇ ਮਜ਼ਬੂਤ ਇਰਾਦੇ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਉਸ ਦੇ ਰੋਬ ਤੇ ਉਸ ਦੇ ਦਾਅਵੇ ਨੂੰ, ਭਾਵ ਬਿਮਾਰੀਆਂ ਦੇ ਦਾਅਵੇ ਨੂੰ ਬਿਲਕੁਲ ਨਹੀਂ ਮੰਨਣਾ ਚਾਹੀਦਾ। ਇਸ ਤਰ੍ਹਾਂ ਕੀਤਿਆਂ ਬਿਮਾਰੀ ਆਮ ਤੌਰ ਤੇ ਵਧਣੋਂ ਰੁਕ ਜਾਂਦੀ ਹੈ। ਤੇ ਤੀਸਰਾ, ਜਦੋਂ ਤੱਕ ਸਿਮਰਨ ਅਭਿਆਸ ਨਾਲ ਵਿਸ਼ਵਾਸ ਪੱਕਾ ਨਾ ਹੋ ਜਾਏ, ਬਿਮਾਰੀ ਦੀ ਹਾਲਤ ਵਿੱਚ ਵੀ ਦਵਾਈ ਵੀ ਲੈ ਲੈਣੀ ਚਾਹੀਦੀ ਹੈ, ਪਰ ਨਾਲ ਨਾਲ ਵਾਹਿਗੁਰੂ ਜੀ ਕੋਲ ਅਰਦਾਸ ਵੀ ਕਰਨੀ ਚਾਹੀਦੀ ਹੈ। ਵਾਹਿਗੁਰੂ ਅੱਗੇ ਸਾਫ਼ ਕਰਕੇ ਪ੍ਰਗਟ ਕਰਨਾ ਚਾਹੀਦਾ ਹੈ ਕਿ ਸਾਡੀ ਬਿਮਾਰੀ ਦਾ ਇਲਾਜ ਦਵਾਈ ਨਹੀਂ, ਅਸੀਂ ਤੇ ਦਵਾਈ ਸਿਰਫ ਆਪਣੇ ਭਰੋਸੇ ਦੇ ਕੱਚੇ ਹੋਣ ਕਰਕੇ ਇਸ ਦੀ ਵਰਤੋਂ ਕਰਦੇ ਹਾਂ। ਹੇ ਮੇਰੇ ਵਾਹਿਗੁਰੂ, ਅਸਲ ਵਿੱਚ ਸਾਡੀ ਬਿਮਾਰੀ ਤਾਂ ਤੇਰੀ ਸ਼ਕਤੀ ਤੇ ਮਦਦ ਨਾਲ ਰਾਜ਼ੀ ਹੋਣੀ ਹੈ। ਦਵਾਈ ਖਾਣਾ ਸਾਡਾ ਕੰਮ ਸੀ, ਪਰ ਦਵਾਈ ਵਿੱਚ ਰਾਜ਼ੀ ਕਰ ਦੇਣ ਵਾਲਾ ਗੁਣ ਪਾਉਣਾ ਇਹ ਤੁਹਾਡੇ ਹੱਥ ਵਿੱਚ ਹੈ। ਇਸ ਤਰ੍ਹਾਂ ਕਰਨ ਨਾਲ ਦਵਾਈ ਦਾ ਅਸਰ ਵੱਧ ਜਾਏਗਾ। ਨੰਬਰ 4, ਜਦੋਂ ਸਿਮਰਨ ਅਭਿਆਸ ਪੱਕਾ ਹੋ ਜਾਏ ਤੇ ਵਿਸ਼ਵਾਸ ਦ੍ਰਿੜਤਾ ਦੀ ਹੱਦ ਤੱਕ ਪਹੁੰਚ ਜਾਏ, ਤਾਂ ਪਹਿਲੀ ਗੱਲ ਬਿਮਾਰੀ ਆਵੇਗੀ ਨਹੀਂ, ਪਰ ਜੇ ਕਦੇ ਬਿਮਾਰੀ ਆਵੇ ਵੀ ਤਾਂ ਬਗੈਰ ਕਿਸੇ ਦਵਾਈ ਦੇ ਜਾਂ ਹੋਰ ਇਨਸਾਨੀ ਇਲਾਜ ਦੇ ਸਿਮਰਨ ਅਭਿਆਸ ਦੀ ਦਸ਼ਾ ਵਿੱਚ ਜਾਣ ਨਾਲ ਤੇ ਅਰਦਾਸ ਕਰਨ ਨਾਲ ਹੀ ਰਾਜ਼ੀ ਹੋ ਜਾਏਗੀ। ਨੰਬਰ 5, ਜਦੋਂ ਆਪਣੇ ਆਪ ਤੇ ਪੂਰਾ ਕਾਬੂ ਹੋ ਜਾਏ ਤਾਂ ਅਭਿਆਸੀ ਬੰਦੇ ਨੂੰ ਦੂਜੇ ਬਿਮਾਰਾਂ ਦੇ ਰਾਜ਼ੀ ਹੋਣ ਵਿੱਚ ਮਦਦ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਸਦਾ ਆਪਣਾ ਨਿਸ਼ਚਾ ਵਧੇਗਾ ਤੇ ਦੁਨੀਆ ਦੀ ਸਭ ਤੋਂ ਚੰਗੀ ਸੇਵਾ ਕਰਨ ਦਾ ਵੀ ਮੌਕਾ ਮਿਲੇਗਾ। ਮੇਰਾ ਯਕੀਨ ਹੈ ਕਿ ਪੂਰਨ ਸਿਮਰਨ ਅਭਿਆਸੀ ਦੀ ਛੋਹ ਨਾਲ ਹੀ ਬਿਮਾਰੀਆਂ ਤੇ ਰੋਗ ਹਮੇਸ਼ਾ ਲਈ ਦੂਰ ਹੋ ਜਾਂਦੇ ਨੇ। ਪੂਰਨ ਅਭਿਆਸੀ ਪਾਰਸ ਦੀ ਤਰ੍ਹਾਂ ਹੁੰਦਾ ਜਿਹਦੇ ਆਲੇ ਦੁਆਲੇ ਸੁੱਖ, ਆਨੰਦ, ਸਿਹਤ, ਸ਼ਾਂਤੀ ਆਪਣੇ ਆਪ ਹੀ ਨਿਵਾਸ ਰੱਖਦੇ ਨੇ ਤੇ ਉਸ ਦੇ ਅਸਰ ਹੇਠ ਆਏ ਸਾਰੇ ਇਨਸਾਨ ਸੁਖੀ, ਪ੍ਰਸੰਨ ਤੇ ਖੁਸ਼ ਰਹਿੰਦੇ ਨੇ। ਅਰਦਾਸ ਤੇ ਸਿਮਰਨ ਅਭਿਆਸ ਨਾਲ ਬਿਮਾਰੀਆਂ ਹਟਾ ਦੇਣਾ ਕੋਈ ਸਿੱਖੀ ਦੇ ਖਿਲਾਫ ਗੱਲ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਈ ਸ਼ਬਦ ਨੇ ਜੋ ਉਹਨਾਂ ਆਪਣੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਜੀ ਦੀ ਬਿਮਾਰੀ ਦੀ ਹਾਲਤ ਵਿੱਚ ਵਾਹਿਗੁਰੂ ਅੱਗੇ ਅਰਦਾਸ ਜਾਂ ਫਿਰ ਬਾਅਦ ਵਿੱਚ ਸ਼ੁਕਰਾਨੇ ਵਜੋਂ ਲਿਖੇ। ਸਧਾਰਨ ਜ਼ਿੰਦਗੀ ਦੇ ਸੁੱਖਾਂ ਵਾਸਤੇ ਪ੍ਰਾਰਥਨਾ ਕਰਨੀ ਸਾਡਾ ਰੋਜ਼ ਦਾ ਕੰਮ ਹੈ, ਕੋਈ ਮਾੜਾ ਜਾਂ ਬੁਰਾ ਕੰਮ ਨਹੀਂ, ਗੁਰਸਿੱਖੀ ਦੇ ਵਿਰੁੱਧ ਨਹੀਂ। ਬਿਮਾਰੀ ਸਮੇਂ ਵਾਹਿਗੁਰੂ ਦੀ ਮਦਦ ਮੰਗਣੀ ਤੇ ਉਸਦੇ ਭਰੋਸੇ ਉੱਤੇ ਕਿਸੇ ਦਵਾਈ ਦਾਰੂ ਦੀ ਓਟ ਨਾ ਲੈਣੀ ਵਾਹਿਗੁਰੂ ਦੇ ਪ੍ਰਤੀ ਪਿਆਰ ਤੇ ਉਸਦੇ ਨਿਸ਼ਚੇ ਦੀ ਨਿਸ਼ਾਨੀ ਹੈ ਤੇ ਇਸ ਤਰ੍ਹਾਂ ਕਰਨਾ ਕਿਤੇ ਗੁਰੂ ਘਰ ਦੇ ਅਸੂਲਾਂ ਦੇ ਵਿਰੁੱਧ ਨਹੀਂ ਹੁੰਦਾ। ਮੈਂ ਜਾਂ ਮੇਰੇ ਹੋਰ ਕਈ ਮਿੱਤਰਾਂ ਨੇ
ਜਦੋਂ ਵੀ ਵਾਹਿਗੁਰੂ ਦੀ ਮਦਦ ਨਾਲ ਆਪਣੀਆਂ ਤੇ ਆਪਣੇ ਘਰ ਦੇ ਮੈਂਬਰਾਂ ਦੀਆਂ ਬਿਮਾਰੀਆਂ ਰਾਜ਼ੀ ਕੀਤੀਆਂ ਨੇ, ਸਗੋਂ ਸਾਡਾ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਹੋਰ ਵੱਧ ਜਾਂਦਾ ਹੈ ਤੇ ਵਾਹਿਗੁਰੂ ਜੀ ਨੂੰ ਮੁਸ਼ਕਲਾਂ ਵਿੱਚ ਅਜ਼ਮਾਉਣ ਨਾਲ ਤੇ ਉਸ ਉੱਤੇ ਸਗੋਂ ਨਿਸ਼ਚਾ ਹੋਰ ਵੱਧ ਜਾਂਦਾ ਹੈ ਤੇ ਬੰਦਾ ਨਿਰਭੈ ਹੋ ਜਾਂਦਾ ਹੈ। ਵਾਹਿਗੁਰੂ ਜੀ ਸਰਬਸ਼ਕਤੀਮਾਨ ਨੇ ਤੇ ਉਹਨਾਂ ਦਾ ਸਰਬਸ਼ਕਤੀਮਾਨ ਹੋਣਾ, ਸਰਵ ਵਿਆਪਕ ਹੋਣਾ, ਕਿਰਪਾ ਸਾਗਰ ਹੋਣਾ, ਤਕਲੀਫਾਂ ਮੁਸੀਬਤਾਂ ਦੇ ਬਿਮਾਰੀਆਂ ਵਿੱਚ ਬੜੀ ਛੇਤੀ ਤੋਂ ਛੇਤੀ ਤੇ ਚੰਗੀ ਤਰ੍ਹਾਂ ਅਜ਼ਮਾਇਆ ਜਾ ਸਕਦਾ ਹੈ। ਇਹ ਨਾ ਸਿਰਫ ਨਿਸ਼ਚੇ ਦੀ ਖੇਡ ਹੈ, ਜਿਸ ਦਾ ਦਿਲ ਕਰੇ ਇਹ ਖੇਡ ਖੇਡ ਕੇ ਵੇਖ ਲਵੇ ਤੇ ਨਿਸ਼ਚੇ ਵਾਲਿਆਂ ਦੀ ਤੇ ਅੱਜ ਵੀ ਤੇ ਕੱਲ ਵੀ ਵਾਹਿਗੁਰੂ ਹਰ ਵੇਲੇ ਤੇ ਹਰ ਮੁਸ਼ਕਲ ਵਿੱਚ ਪੂਰਨ ਸਹਾਇਤਾ ਕਰਦਾ। ਸਿਰਫ ਉਸਦੀ ਸਹਾਇਤਾ ਵਿੱਚ ਯਕੀਨ ਹੋਣਾ ਚਾਹੀਦਾ, ਸੱਚੇ ਦਿਲ ਨਾਲ ਉਸ ਦੇ ਚਰਨਾਂ ਵਿੱਚ ਡਿੱਗਣ ਦੀ ਲੋੜ ਹੈ, ਸਿਰਫ ਉਸ ਦੀ ਰਹਿਮਤ ਦਾ ਦਰਵਾਜ਼ਾ ਖੜਕਾਉਣ ਦੀ ਲੋੜ ਹੈ ਤੇ ਅਵਸ਼ ਉਹ ਵਾਹਿਗੁਰੂ ਦੀ ਕਿਰਪਾ ਹੋ ਜਾਏਗੀ। ਸੱਪ ਦੀ ਪੂਛ। ਜਦੋਂ ਸੱਪ ਦੀ ਸਰੀ ਫੇ ਦਈਏ ਨਾ ਤਾਂ ਸੱਪ ਡੰਗਣ ਜੋਗਾ ਨਹੀਂ ਰਹਿੰਦਾ ਤੇ ਉਸਦੇ ਡੰਗਣ ਦਾ ਜਾਂ ਡੰਗਣ ਤੋਂ ਜ਼ਹਿਰ ਚੜ੍ਹਨ ਦਾ ਖਤਰਾ ਵੀ ਹਟ ਜਾਂਦਾ। ਪਰ ਉਸਦੀ ਪੂਛ ਨਾ ਕਿੰਨਾ ਕਿੰਨਾ ਚਿਰ ਸਿਰ ਦੇ ਫੇ ਜਾਣ ਤੋਂ ਮਗਰੋਂ ਵੀ ਹਿਲਦੀ ਰਹਿੰਦੀ ਹੈ ਤੇ ਜ਼ਿੰਦਗੀ ਦੀਆਂ ਨਿਸ਼ਾਨੀਆਂ ਪ੍ਰਗਟ ਕਰਦੀ ਰਹਿੰਦੀ ਹੈ। ਬੱਚੇ ਤੇ ਅਣਜਾਣ ਆਦਮੀ ਸੱਪ ਦੀ ਇਸ ਹਾਲਤ ਵਿੱਚ ਉਸਨੂੰ ਜਿਉਂਦਾ ਸਮਝਦੇ ਨੇ ਤੇ ਉਹਦੇ ਤੋਂ ਡਰਦੇ ਨੇ। ਇਹੀ ਹਾਲਤ ਮਨ ਦੀ ਹੈ। ਜਦੋਂ ਮਨ ਮਰ ਜਾਵੇ ਨਾ ਤਾਂ ਵੀ ਕੁਝ ਦੇਰ ਮਨ ਦਾ ਜ਼ਹਿਰੀਲਾਪਣ, ਡੰਗ ਮਾਰਨ ਵਾਲਾ ਸੁਭਾਅ ਤੇ ਪੁਰਾਣੀਆਂ ਆਦਤਾਂ ਸੱਪ ਦੀ ਪੂਛ ਹਿੱਲਣ ਵਾਂਗ ਕਾਇਮ ਰਹਿੰਦੀਆਂ ਨੇ ਤੇ ਮਨ ਦੀ ਮੌਜੂਦਗੀ ਤੇ ਉਸਦੀ ਜ਼ਹਿਰ ਦਾ ਖਤਰਾ ਪ੍ਰਗਟ ਕਰਦੀਆਂ ਰਹਿੰਦੀਆਂ ਨੇ। ਅਣਜਾਣ ਬੰਦਾ ਕਦੇ ਕਦੇ ਬੜਾ ਹੈਰਾਨ ਹੁੰਦਾ ਕਿ ਕੀ ਹੋ ਰਿਹਾ। ਪੂਰੇ ਯਤਨ, ਪੂਰੀ ਘਾਲਣਾ ਜਾਂ ਪੂਰੇ ਗਿਆਨ ਵਗਰੋਂ ਵੀ ਮਨ ਦਾ ਕਾਇਮ ਰਹਿਣਾ ਤੇ ਖਤਰਨਾਕ ਤੇ ਡਰਾਉਣੀਆਂ ਸ਼ਕਲਾਂ ਵਿੱਚ ਜ਼ਾਹਰ ਹੋਣਾ ਅਭਿਆਸੀ ਨੂੰ ਕਿਸੇ ਵੇਲੇ ਨਿਰਾਸ਼ ਤੇ ਡਾਵਾਂ ਡੋਲ ਕਰ ਦਿੰਦਾ। ਮਹਾਤਮਾ ਗਾਂਧੀ ਆਪਣੀ ਕਿਤਾਬ ਆਪਣੀ ਕਹਾਣੀ ਵਿੱਚ, ਇਸ ਓਨ ਸਟੋਰੀ ਵਿੱਚ ਲਿਖਦੇ ਨੇ ਕਿ ਭਾਵੇਂ ਮੇਰੇ ਯਤਨ ਤੇ ਨੀਅਤ ਵਿੱਚ ਕੋਈ ਕਸਰ ਨਹੀਂ, ਫਿਰ ਵੀ ਮੇਰੇ ਲਈ ਇਹ ਇੱਕ ਬਹੁਤ ਵੱਡਾ ਅਚੰਭ ਹੈ ਕਿ ਮੇਰੇ ਮਨ ਦੀਆਂ ਨੀਵੀਆਂ ਖਾਹਿਸ਼ਾਂ, ਨੀਵੀਆਂ ਇੱਛਾਵਾਂ ਕਿਵੇਂ ਆਪਣੇ ਭਿਆਨਕ ਹਮਲੇ ਕਿੱਥੋਂ ਕਿੱਥੋਂ ਆ ਕੇ ਕਰਦੀਆਂ ਨੇ। ਬਸ ਇਹੋ ਜਿਹੀ ਹਾਲਤ ਨੂੰ ਵੇਖ ਕੇ ਨਾ ਕੱਚਾ ਅਭਿਆਸੀ ਕਿਸੇ ਵੇਲੇ ਬੜਾ ਲਾਚਾਰ ਹੋ ਜਾਂਦਾ ਤੇ ਆਪਣੀ ਸਾਰੀ ਮਿਹਨਤ ਉੱਤੇ ਸ਼ੱਕ ਕਰਨ ਲੱਗ ਪੈਂਦਾ। ਕਈ ਵਾਰ ਨਿਰਾਸ਼ਤਾ ਇੱਥੋਂ ਤੱਕ ਪਹੁੰਚ ਜਾਂਦੀ ਹੈ ਕਿ ਉਸ ਨੂੰ ਆਤਮ ਘਾਤ ਕਰਨਾ ਚੰਗਾ ਲੱਗਦਾ। ਮੈਂ ਸੱਚ ਦੇ ਖੋਜੀਆਂ ਨਾਮ ਅਭਿਆਸੀ ਗੁਰਮੁਖਾਂ ਦੀ ਸੇਵਾ ਵਿੱਚ ਬਹੁਤ ਜ਼ੋਰ ਨਾਲ ਬੇਨਤੀ ਕਰਾਂਗਾ ਕਿ ਇਹੋ ਜਿਹੀਆਂ ਹਾਲਤਾਂ ਵਿੱਚ ਹਾਰ ਜਾਣਾ ਜਿੱਤੇ ਹੋਏ ਮੈਦਾਨ ਨੂੰ ਛੱਡ ਜਾਣ ਵਾਲੀ ਗੱਲ ਹੈ। ਨੈਪੋਲੀਅਨ ਬੋਨਾਪਾਰਟ ਨੇ ਇਹ ਗੱਲ ਆਖੀ ਸੀ ਕਿ ਪਰੇਸ਼ਾਨੀ ਤੇ ਮੁਸ਼ਕਲਾਂ ਦੇ ਲਗਾਤਾਰ ਮੁਕਾਬਲੇ ਵਿੱਚ ਡਟਣਾ ਵੀ ਓਨੀ ਸੱਚੀ ਬਹਾਦਰੀ ਹੁੰਦੀ ਹੈ ਜਿੰਨਾ ਕਿ ਤੋਪਾਂ ਦੇ ਸਾਹਮਣੇ ਅਡੋਲ ਖਲੋਣ ਵਿੱਚ, ਦੁੱਖਾਂ ਦੇ ਸਾਹਮਣੇ ਬਿਨਾਂ ਮੁਕਾਬਲੇ ਦੇ ਗਰਦਨ ਝੁਕਾ ਦੇਣੀ ਜਾਂ ਤਕਲੀਫਾਂ ਤੋਂ ਬਚਣ ਦੇ ਲਈ ਆਤਮਘਾਤ ਕਰ ਲੈਣਾ ਮੈਦਾਨੇ ਜੰਗ ਨੂੰ ਜਿੱਤ ਤੋਂ ਪਹਿਲਾਂ ਛੱਡ ਦੇਣਾ। ਸਬਰ, ਹੌਸਲਾ ਤੇ ਦ੍ਰਿੜਤਾ ਦੇ ਸਾਹਮਣੇ ਮਨ ਕਦੇ ਵੀ ਬਹੁਤੀ ਦੇਰ ਖਲੋ ਨਹੀਂ ਸਕਦਾ। ਇਹ ਧੂਏ ਦੇ ਪਹਾੜ ਦੀ ਤਰ੍ਹਾਂ ਦ੍ਰਿੜ ਇਰਾਦੇ ਦੇ ਸਾਹਮਣੇ ਗਾਇਬ ਹੋ ਜਾਂਦਾ ਹੈ। ਨਿਰਾਸ਼ਤਾ ਦੀ ਹਾਲਤ ਵਿੱਚ ਵੀ ਮੇਰੇ ਅੰਦਰੋਂ ਇਸ ਕਿਸਮ ਦੇ ਵਿਚਾਰ ਉੱਠਿਆ ਕਰਦੇ ਸਨ
ਕਿ ਸਰੀਰ ਦੇ ਛੱਡਣ ਮਗਰੋਂ ਵੀ ਭਾਵ ਮਰਨ ਤੋਂ ਬਾਅਦ ਵੀ ਮਨ ਤੋਂ ਛੁਟਕਾਰਾ ਨਹੀਂ ਹੋ ਸਕਦਾ। ਮਨ ਨਾਲ ਤੇ ਜੂਝਣਾ ਹੀ ਪੈਣਾ, ਇੱਕ ਇੱਕ ਇੰਚ ਕਰਕੇ ਮਨ ਦਾ ਮੋਰਚਾ ਜਿੱਤਣਾ ਪੈਣਾ। ਕਾਹਰ ਦੀ ਤੇ ਇੱਥੇ ਉੱਥੇ ਕਿਤੇ ਪੁੱਛ ਹੀ ਨਹੀਂ ਹੁੰਦੀ, ਕਿਤੇ ਸਤਿਕਾਰ ਨਹੀਂ ਹੁੰਦਾ। ਜਿੱਤ ਦੂਰ ਨਹੀਂ, ਸਿਰਫ ਐਵੇਂ ਨਜ਼ਰ ਦੇ ਉਹ ਲਈਏ। ਬਸ ਮੇਰੀ ਆਤਮਾ ਦੀ ਇਹ ਆਵਾਜ਼ ਫਿਰ ਮੈਨੂੰ ਚੜ੍ਹਦੀਆਂ ਕਲਾਂ ਵਿੱਚ ਲੈ ਜਾਂਦੀ ਸੀ। ਅਰਦਾਸਾਂ ਤੇ ਸਿਮਰਨ ਅਭਿਆਸ ਜਾਰੀ ਰੱਖਣਾ ਚਾਹੀਦਾ ਤੇ ਹੌਲੀ ਹੌਲੀ ਜਿੱਤ ਪੂਰੇ ਅਰਥਾਂ ਵਿੱਚ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਸਾਰੇ ਕੰਮ ਆਪਣੇ ਸਮੇਂ ਤੇ ਆ ਕੇ ਪੂਰੇ ਹੋਣੇ ਚੰਗੇ ਹੁੰਦੇ ਨੇ। ਬੰਦਗੀ ਦਾ ਆਖਰੀ ਸਿੱਟਾ ਸਰੋਂ ਵਾਂਗ ਹੱਥ ਤੇ ਨਹੀਂ ਉਗਾਇਆ ਜਾਂਦਾ। ਦੇਖੋ ਦੁਨੀਆ ਦੀ ਇਹ ਉਦਾਹਰਣ ਬੜੀ ਚੰਗੀ ਹੈ। ਰੰਗ ਲਾਗਤ 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 ਹੈ, ਡਰ ਭਾਗਤ 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 ਹੈ। ਭਾਵ ਸਦੀਆਂ ਤੋਂ ਪੁਰਾਣੇ ਤੇ ਗਲਤ ਖਿਆਲ, ਮੰਦੀਆਂ ਵਾਸ਼ਨਾਵਾਂ ਜੇ ਕਿਤੇ ਮਰਨ ਵਿੱਚ ਦੇਰ ਲਾਉਣ ਤੇ ਘਬਰਾਉਣ ਵਾਲੀ ਫਿਰ ਕੀ ਗੱਲ ਹੋਈ। ਕਿਸੇ ਵੇਲੇ ਸਿਮਰਨ ਅਭਿਆਸੀ ਆਪਣੀਆਂ ਕਮਜ਼ੋਰੀਆਂ ਨੂੰ ਬੜੇ ਭੁਲੇਖੇ ਦੀ ਨਜ਼ਰ ਨਾਲ ਵੇਖਦਾ ਹੈ, ਉਹ ਇਹਨਾਂ ਨੂੰ ਭਿਆਨਕ ਸਮਝਦਾ। ਇਸ ਤਰ੍ਹਾਂ ਕਰਨਾ ਤੇ ਸੋਚਣਾ ਇਨਸਾਫ ਤੇ ਬਹਾਦਰੀ ਤੋਂ ਦੂਰ ਦੀ ਗੱਲ ਹੈ। ਅਭਿਆਸੀ ਨੂੰ ਆਪਣੇ ਆਪ ਨਾਲ ਵੀ ਹਮੇਸ਼ਾ ਪੂਰਾ ਇਨਸਾਫ ਕਰਨਾ ਚਾਹੀਦਾ ਤੇ ਆਪਣੀ ਕਾਮਯਾਬੀ ਨੂੰ ਹਮੇਸ਼ਾ ਨਜ਼ਰਾਂ ਸਾਹਮਣੇ ਤੇ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਚਾਹੀਦਾ। ਜਿੱਤ ਪਹਿਲਾਂ ਖਿਆਲਾਂ ਵਿੱਚ ਆ ਕੇ ਨਿਵਾਸ ਕਰਦੀ ਹੈ ਤੇ ਫਿਰ ਦਿਸਦੀ ਹੋਈ ਦੁਨੀਆ ਵਿੱਚ। ਇਸ ਵਾਸਤੇ ਖਿਆਲਾਂ ਨੂੰ ਕਦੇ ਨਿਰਾਸ਼ ਨਹੀਂ ਹੋਣ ਦੇਣਾ ਚਾਹੀਦਾ। ਪਹਿਲਾਂ ਮੇਰੇ ਮਨ ਵਿੱਚ ਇਹ ਬੜਾ ਵੱਡਾ ਨੁਕਸ ਸੀ ਕਿ ਮਨ ਦੀ ਜ਼ਰਾ ਜਿੰਨੀ ਕਮਜ਼ੋਰੀ ਵੇਖ ਕੇ ਮੈਂ ਬੜਾ ਬੇਦਿਲ ਤੇ ਨਿਰਾਸ਼ ਹੋ ਜਾਂਦਾ ਸਾਂ, ਸ਼ਰਮ ਦੇ ਨਾਲ ਡੁੱਬਦਾ ਜਾਂਦਾ ਸਾਂ। ਪਰ ਤਜਰਬਾ ਬੜਾ ਮਿੱਤਰ ਤੇ ਵੱਡਾ ਸਹਾਇਕ ਹੈ। ਇਸ ਲਈ ਤਜਰਬੇਕਾਰ ਬੰਦਾ ਆਪਣੇ ਮਨ ਦੀ ਹਾਰ ਨੂੰ ਆਪਣੀ ਹਾਰ ਨਹੀਂ ਮੰਨਦਾ, ਮਨ ਦੀ ਗਿਰਾਵਟ ਨੂੰ ਆਪਣੀ ਗਿਰਾਵਟ ਨਹੀਂ ਸਮਝਦਾ। ਆਪ ਉਹ ਪੂਰਨ ਅਵਸਥਾ ਵਿੱਚ ਬਹਿ ਕੇ ਮਨ ਦੀ ਕਸ਼ਮਕਸ਼ ਨੂੰ ਬੇਪਰਵਾਹੀ ਦੀ ਨਿਗਾਹ ਨਾਲ ਵੇਖਦਾ ਤੇ ਮੁਸਕਰਾਉਂਦਾ ਹੈ, ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਮਨ ਦੀ ਸਿਰੀ ਗਿਆਨ ਦੀ ਤਲਵਾਰ ਨਾਲ ਵੱਢੀ ਜਾ ਚੁੱਕੀ ਹੈ ਤੇ ਮਨ ਦਾ ਜ਼ਹਿਰ ਹੁਣ ਉਸ ਨੂੰ ਜ਼ਹਿਰ ਨਹੀਂ ਚੜਾ ਸਕਦਾ। ਮਨ ਦੀ ਥੋੜੀ ਬਹੁਤੀ ਦੌੜ ਨੂੰ, ਕਮਜ਼ੋਰੀ ਨੂੰ ਉਹ ਸੱਪ ਦੀ ਪੂਛ ਦੇ ਹਿੱਲਣ ਵਾਂਗ ਇੱਕ ਕੁਦਰਤੀ ਜਾਂ ਜ਼ਰੂਰੀ ਘਟਨਾ ਸਮਝਦਾ ਹੈ। ਜਿਵੇਂ ਜੇਕਰ ਪਹੀਏ ਨੂੰ ਜ਼ੋਰ ਨਾਲ ਰੋੜਿਆ ਜਾਵੇ ਨਾ, ਤਾਂ ਜਦੋਂ ਤੱਕ ਉਸ ਵਿੱਚ ਜ਼ੋਰ ਕਾਇਮ ਰਹੇਗਾ ਉਹ ਰਿੜਦਾ ਹੀ ਜਾਏਗਾ। ਪਰ ਜਦੋਂ ਉਹਦੇ ਵਿੱਚੋਂ ਜ਼ੋਰ ਮੁੱਕ ਜਾਏ ਤਾਂ ਖੁਦ ਬਖੁਦ ਜ਼ਮੀਨ ਤੇ ਡਿੱਗ ਪਵੇਗਾ। ਗਿਆਨ ਪ੍ਰਾਪਤ ਹੋਣ ਨਾਲ ਮਨ ਨੂੰ ਦੌੜਨ ਵਾਸਤੇ ਨਵੀਂ ਖੁਰਾਕ ਜਾਂ ਤਾਕਤ ਮਿਲਣੀ ਬੰਦ ਹੋ ਜਾਂਦੀ ਹੈ। ਇਸ ਵਿੱਚ ਅੱਗੇ ਵਾਸਤੇ ਸੰਕਲਪ ਤਰੰਗਾਂ ਉੱਠਣੀਆਂ ਰੁਕ ਜਾਂਦੀਆਂ ਨੇ, ਪਰ ਪਿਛਲੀ ਤਾਕਤ, ਪਿਛਲੇ ਸੰਸਕਾਰ ਜਦੋਂ ਤੱਕ ਕਾਇਮ ਰਹਿਣ ਉਸ ਦੀ ਭੱਜ ਦੌੜ ਕਿਸੇ ਹੱਦ ਤੱਕ ਕਾਇਮ ਰਹਿੰਦੀ ਹੈ ਤੇ ਹੌਲੀ ਹੌਲੀ ਫਿਰ ਮਨ ਪਹੀਏ ਦੀ ਤਰ੍ਹਾਂ ਜ਼ਮੀਨ ਤੇ ਡਿੱਗ ਕੇ ਸਦਾ ਲਈ ਮੁਰਦਾ ਹੋ ਜਾਂਦਾ ਤੇ ਸਿਮਰਨ ਅਭਿਆਸੀ ਜੀਵਨ ਮੁਕਤ ਪਦਵੀ ਦਾ ਆਨੰਦ ਮਾਣਦਿਆਂ ਸੱਚ ਵਿੱਚ ਸਮਾ ਜਾਂਦਾ ਹੈ। ਪੇਕੇ ਤੇ ਸਹੁਰੇ। ਇਸਤਰੀ ਦੀ ਜ਼ਿੰਦਗੀ ਨੂੰ ਤਿੰਨ ਹਿੱਸਾਂ ਵਿੱਚ ਵੰਡਿਆ ਜਾ ਸਕਦਾ ਹੈ। ਉਸਦਾ ਪੇਕੇ ਘਰ ਰਹਿਣ ਦਾ ਸਮਾਂ, ਫਿਰ ਉਸਦਾ ਪੇਕੇ ਤੇ ਸਹੁਰੇ ਰਹਿਣ ਦਾ ਸਮਾਂ ਤੇ ਫਿਰ ਸਿਰਫ ਸਹੁਰੇ ਰਹਿਣ ਦਾ ਸਮਾਂ। ਪੇਕਿਆਂ ਵਿੱਚ ਇਸਤਰੀ ਪੈਦਾ ਹੁੰਦੀ ਹੈ, ਜਵਾਨ ਹੁੰਦੀ ਹੈ ਤੇ ਸਹੁਰੇ ਘਰ ਜਾ ਕੇ ਸੁਚੱਜੀ ਇਸਤਰੀ ਵਾਂਗ ਰਹਿਣ ਦਾ ਵੱਲ ਸਿੱਖਦੀ। ਪੇਕੇ ਘਰ ਰਹਿਣ ਦਾ ਸਮਾਂ ਇੱਕ ਤਰ੍ਹਾਂ ਸਹੁਰੇ ਘਰ ਵਿੱਚ ਰਹਿਣ ਦੀ ਤਿਆਰੀ ਵਾਂਗ ਹੁੰਦਾ।
ਜਦੋਂ ਵਿਆਹ ਹੋ ਜਾਵੇ ਤਾਂ ਇਸਤਰੀ ਨੂੰ ਪਹਿਲਾਂ ਪਹਿਲ ਸਹੁਰਿਆਂ ਦਾ ਘਰ ਓਪਰਾ ਓਪਰਾ ਲੱਗਦਾ। ਉੱਥੋਂ ਦੇ ਸਭ ਸਾਕ ਸੰਬੰਧੀ ਨਵੇਂ ਨਵੇਂ ਮਾਲੂਮ ਹੁੰਦੇ ਨੇ ਤੇ ਪੇਕਿਆਂ ਦੀ ਯਾਦ ਆ ਆ ਕੇ ਦਿਲ ਨੂੰ ਬਹੁਤ ਉਦਾਸ ਕਰਦੀ ਹੈ। ਸਿਆਣੇ ਮਨੁੱਖਾਂ ਨੇ ਇਸਤਰੀ ਦੇ ਸਹੁਰੇ ਘਰ ਵਿੱਚ ਦਿਲ ਲੱਗਣ ਤੇ ਹੌਲੀ ਹੌਲੀ ਘਰ ਦੀ ਯਾਦ ਭੁਲਾਉਣ ਵਾਸਤੇ ਇਹ ਤਜਵੀਜ਼ ਕੱਢੀ ਹੋਈ ਹੈ ਕਿ ਸ਼ਾਦੀ ਤੋਂ ਬਾਅਦ ਕੁਝ ਚਿਰ ਲੜਕੀ ਪੇਕੇ ਘਰ ਜ਼ਿਆਦਾ ਤੇ ਸਹੁਰੇ ਘਰ ਘੱਟ ਰਹੇ। ਫਿਰ ਜਿੰਨਾ ਪੇਕੇ ਰਹੇ ਉਨਾ ਸਹੁਰੇ ਰਹੇ ਤੇ ਹੌਲੀ ਹੌਲੀ ਸਹੁਰੇ ਘਰ ਰਹਿਣਾ ਵੱਧਦਾ ਜਾਵੇ ਤੇ ਪੇਕੇ ਰਹਿਣਾ ਘੱਟਦਾ ਜਾਵੇ। ਇਸ ਸਮੇਂ ਵਿੱਚ ਲੜਕੀ ਦਾ ਦਿਲ ਸਹੁਰੇ ਘਰ ਵਿੱਚ ਪਰਚ ਜਾਂਦਾ ਤੇ ਪੇਕੇ ਘਰ ਨੂੰ ਬਹੁਤ ਸਾਰਾ ਭੁੱਲ ਜਾਂਦਾ। ਆਮ ਕਹਾਵਤ ਹੈ ਨਾ, ਧੀਆਂ ਪੇਕੇ ਘਰ ਨਹੀਂ ਜੱਚਦੀਆਂ, ਇਹਨਾਂ ਦਾ ਅਸਲ ਟਿਕਾਣਾ ਅਸਲ ਵਿੱਚ ਸਹੁਰੇ ਹੈ। ਪਰ ਪੇਕੇ ਘਰ ਨੂੰ ਛੱਡਣ ਤੇ ਸਹੁਰੇ ਘਰ ਵਿੱਚ ਮਨ ਲੱਗਣ ਦੇ ਸਮੇਂ ਨੂੰ ਜਿੰਨਾ ਆਸਾਨ ਬਣਾਇਆ ਜਾਏ ਇਹੋ ਜਿਹਾ ਯਤਨ ਕੀਤੇ ਜਾਂਦੇ ਨੇ। ਅਖੀਰ ਵਿੱਚ ਇੱਕ ਇਹੋ ਜਿਹਾ ਵਕਤ ਆ ਜਾਂਦਾ ਜਦੋਂ ਇਸਤਰੀ ਸਹੁਰਿਆਂ ਦੇ ਘਰ ਨੂੰ ਹੀ ਆਪਣਾ ਘਰ ਸਮਝਦੀ ਹੈ। ਪੇਕੇ ਘਰ ਕਦੀ ਕੋਈ ਖਾਸ ਲੋੜ ਹੋਵੇ ਜਾਂ ਸ਼ਾਦੀ ਗਮੀ ਦੇ ਸਮੇਂ ਪ੍ਰਾਹੁਣਿਆਂ ਦੀ ਤਰ੍ਹਾਂ ਆ ਕੇ ਰਹਿ ਜਾਂਦੀ ਹੈ ਤੇ ਹੌਲੀ ਹੌਲੀ ਸਹੁਰੇ ਘਰ ਵਿੱਚ ਇਹੋ ਜਿਹੀ ਮਮਤਾ ਬਣ ਜਾਂਦੀ ਹੈ ਕਿ ਹੋਰ ਕਿਤੇ ਰਹਿਣਾ ਅਸੰਭਵ ਹੋ ਜਾਂਦਾ ਹੈ। ਅਭਿਆਸੀ ਬੰਦੇ ਉੱਤੇ ਵੀ ਇਹ ਤਿੰਨੇ ਅਵਸਥਾਵਾਂ ਆਉਂਦੀਆਂ ਨੇ। ਉਹ ਜਿਸ ਦੁਨੀਆਂ ਵਿੱਚ ਪੈਦਾ ਹੁੰਦਾ, ਜਵਾਨ ਹੁੰਦਾ, ਜਿੱਥੇ ਸੋਚ ਵਿਚਾਰ ਕੇ ਸਿਆਣਾ ਬਣਿਆ ਹੁੰਦਾ, ਉਸ ਰੂਪ ਤੇ ਰੰਗ ਦੀ ਦੁਨੀਆਂ ਨੂੰ ਪੇਕਿਆਂ ਦਾ ਘਰ ਸਮਝਦਾ ਹੋਇਆ, ਅਰੂਪ ਮੰਡਲ ਦੀ ਦੁਨੀਆਂ ਨੂੰ ਸਹੁਰਾ ਘਰ ਜਾਣਦਾ ਹੋਇਆ, ਪੇਕੇ ਘਰ ਵਿੱਚ ਸਹੁਰੇ ਘਰ ਦੇ ਅਟਲ ਤੇ ਆਨੰਦਮਈ ਜੀਵਨ ਦੀ ਤਿਆਰੀ ਕਰਦਾ ਹੈ। ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਫਰਮਾਨ ਕੀਤਾ, ਪੇਈ ਅੜੈ ਸੌ ਸੇਵ ਤੂੰ ਸਾਹੁਰੜੈ ਸੁਖ ਵਸ, ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ, ਸਭਨਾ ਸਹੁਰੈ ਵੰਝਣਾ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸ਼ਹਿ ਨਾਲ ਪਿਆਰ। ਇਹ ਤਿਆਰੀ ਅਭਿਆਸੀ ਦੀ ਉਸੇ ਦਿਨ ਤੋਂ ਆਰੰਭ ਹੋ ਜਾਂਦੀ ਹੈ ਜਦੋਂ ਤੋਂ ਉਹ ਕੰਤ ਵਾਹਿਗੁਰੂ ਪਰਮਾਤਮਾ ਦੀਆਂ ਸਿਫਤਾਂ ਗੁਰਬਾਣੀ ਵਿੱਚੋਂ ਸੁਣਦਾ, ਪੜ੍ਹਦਾ ਤੇ ਵਾਹਿਗੁਰੂ ਨਾਲ ਜੁੜੀਆਂ ਆਤਮਾਵਾਂ ਜਾਂ ਗੁਰਮੁਖਾਂ ਪਾਸੋਂ ਵਾਹਿਗੁਰੂ ਦੀ ਵਡਿਆਈ ਸੁਣਦਾ। ਜਿਵੇਂ ਜਿਵੇਂ ਉਹ ਰੱਬ ਨੂੰ ਮਿਲਣ ਦੀ ਤਿਆਰੀ ਕਰਦਾ, ਉਵੇਂ ਉਵੇਂ ਉਸਦਾ ਦਿਲ ਇਸ ਨਾਸਵੰਤ ਦੁਨੀਆਂ ਦੇ ਸੁੱਖਾਂ ਤੋਂ ਉਪਰਾਮ ਹੁੰਦਾ ਜਾਂਦਾ। ਉਹ ਕੁਆਰੀ ਕੁੜੀ ਵਾਂਗ ਪੇਕੇ ਘਰ ਵਿੱਚ ਸਹੁਰੇ ਘਰ ਦੀਆਂ ਖਿਆਲੀ ਤਸਵੀਰਾਂ ਬਣਾਉਂਦਾ। ਜਦੋਂ ਉਸ ਦੀ ਪਤੀ ਪਰਮਾਤਮਾ ਨੂੰ ਮਿਲਣ ਦੀ ਰੀਝ ਬੇਬਲਤਾਲ ਦੇ ਦਰਜੇ ਤੱਕ ਪਹੁੰਚ ਜਾਏ ਤਾਂ ਕਿਸੇ ਦਿਨ ਸੁਤੇ ਹੀ ਵੈਰਾਗ ਤੇ ਵਿਛੋੜੇ ਦੀ ਹਾਲਤ ਵਿੱਚੋਂ ਨੂਰੀ ਲਿਸ਼ਕਾਰੇ ਵਜਣੇ ਸ਼ੁਰੂ ਹੋ ਜਾਂਦੇ ਨੇ, ਆਪਣੇ ਆਪ ਵਿੱਚੋਂ ਪਤੀ ਪਰਮਾਤਮਾ ਦੀ ਖੁਸ਼ਬੋ ਆਉਣੀ ਸ਼ੁਰੂ ਹੋ ਜਾਂਦੀ ਹੈ। ਅਭਿਆਸੀ ਵਾਹਿਗੁਰੂ ਦੀ ਮੌਜੂਦਗੀ ਆਪਣੇ ਅੰਗ ਸੰਗ ਪੋਹਪ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ ਵਾਂਗ ਮਹਿਸੂਸ ਕਰਨ ਲੱਗ ਪੈਂਦਾ। ਫਿਰ ਅਭਿਆਸੀ ਨੂੰ ਪਤੀ ਪਰਮਾਤਮਾ ਦੀ ਜਾਣ ਪਛਾਣ ਹੋ ਜਾਏ ਤਾਂ ਉਹ ਉਸ ਦੀ ਬਾਂਹ ਫੜ ਕੇ ਆਪਣੀ ਆਤਮਾ ਦੀ ਅਗਾਧ ਡੂੰਘਾਈ ਵਿੱਚ ਉਡਾਰੀਆਂ ਲਾਉਣ ਲੱਗ ਪੈਂਦਾ। ਅੱਖਾਂ ਖੋਲ ਕੇ ਰੂਪ ਰੰਗ ਤੇ ਚਿੰਨ੍ਹਾਂ ਦੀ ਦੁਨੀਆਂ ਦੀ ਸੈਰ ਕਰਦਾ ਤੇ ਅੱਖਾਂ ਮੀਟ ਕੇ ਸੂਖਮ ਦੇਸ਼ਾਂ ਵਿੱਚ ਵਿਚਰਦਾ। ਪਹਿਲੋਂ ਪਹਿਲ ਜਿਵੇਂ ਪੇਕਿਆਂ ਤੋਂ ਵਿਛੜਨ ਵੇਲੇ ਕੁੜੀਆਂ ਉਦਾਸ ਹੁੰਦੀਆਂ ਨੇ ਤੇ ਸਹੁਰੇ ਘਰ ਓਪਰਾ ਪ੍ਰਤੀਤ ਕਰਦੀਆਂ ਨੇ, ਅਭਿਆਸੀ ਬੰਦਾ ਵੀ ਸੂਖਮ ਦੁਨੀਆਂ ਨੂੰ ਨਵਾਂ ਨਵਾਂ ਤੇ ਓਪਰਾ ਓਪਰਾ ਸਮਝਦਾ ਤੇ ਛੇਤੀ ਵਾਪਸ ਰੰਗ ਰੂਪ ਦੀ ਦੁਨੀਆਂ ਵਿੱਚ ਜਾਣਾ ਪਸੰਦ ਕਰਦਾ। ਪਰ ਇਹ ਦੁਨੀਆਂ ਹੁਣ ਪਹਿਲੋਂ ਵਾਂਗ ਸੁਹਾਵਣੀ ਤੇ ਚਾਵਾਂ ਭਰੀ ਨਹੀਂ ਲੱਗਦੀ, ਸਗੋਂ ਇਸ ਦੁਨੀਆਂ ਵਿੱਚ ਰਹਿੰਦਿਆਂ ਹੁਣ ਉਸ ਨੂੰ ਦੂਸਰੀ ਸੂਖਮ ਦੁਨੀਆਂ
ਤੇ ਉਸ ਦੇ ਆਨੰਦਮਈ ਹੁਲਾਰੇ ਯਾਦ ਆਉਂਦੇ ਰਹਿੰਦੇ ਨੇ। ਅਭਿਆਸੀ ਬੰਦਾ ਫਿਰ ਅੱਖਾਂ ਮੀਟ ਕੇ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ ਸੂਖਮ ਮੰਡਲਾਂ ਵਿੱਚ ਉਡਾਰੀ ਲਾਉਂਦਾ। ਹੌਲੀ ਹੌਲੀ, ਬੜੀ ਹੌਲੀ ਇਹ ਦੁਨੀਆ ਭੁੱਲਦੀ ਜਾਂਦੀ ਹੈ ਤੇ ਨਵੀਂ ਆਤਮਿਕ ਦੁਨੀਆ ਵਿੱਚ ਮਨ ਲੱਗਣ ਲੱਗ ਪੈਂਦਾ। ਜਿਵੇਂ ਸਹੁਰੇ ਘਰ ਜਾ ਕੇ ਇਸਤਰੀ ਆਪਣੇ ਪਤੀ ਦੀ ਸਾਰੀ ਜਾਇਦਾਦ ਅਤੇ ਸਾਰੀ ਕਮਾਈ ਦੀ ਮਾਲਕ ਬਣ ਜਾਂਦੀ ਹੈ, ਸਗੋਂ ਪਤੀ ਆਪਣੀ ਖੁਸ਼ੀ ਨਾਲ ਉਸ ਨੂੰ ਆਪਣੇ ਘਰ ਦੀ ਰਾਣੀ ਬਣਾ ਦਿੰਦਾ। ਇਸੇ ਤਰ੍ਹਾਂ ਪਤੀ ਪਰਮਾਤਮਾ ਆਪਣੇ ਸਾਰੇ ਖਜ਼ਾਨੇ, ਸਭ ਸ਼ਕਤੀਆਂ, ਸਭ ਰਸ, ਸਭ ਆਨੰਦ ਆਪਣੇ ਪਿਆਰੇ ਨੂੰ ਦੇ ਦਿੰਦਾ। ਦੇਖੋ ਨਾ, ਗੁਰੂ ਜੀ ਨੇ ਆਖਿਆ ਸੀ ਨਾ, ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ। ਜਿਵੇਂ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜ਼ਾਹਰ ਜੀਓ। ਪਰਮਾਤਮਾ ਅਭਿਆਸੀ ਦੇ ਨਿੱਕੇ ਨਿੱਕੇ ਫੁਰਨੇ ਪੂਰੇ ਕਰਦਾ ਤੇ ਹਰ ਵਕਤ ਲਾਡ ਪੂਰੇ ਕਰਦਾ। ਇਹ ਮੁੱਲ ਅਭਿਆਸੀ ਨੂੰ ਰੂਪ ਰੰਗ ਤੇ ਆ ਦੁਨੀਆ ਨੂੰ ਛੱਡਣ ਦਾ ਮਿਲਦਾ ਹੈ। ਆਖਰ ਜਿਸ ਤਰ੍ਹਾਂ ਇਸਤਰੀ ਪੁਰਸ਼ ਵਿੱਚ ਕੋਈ ਭੇਦ, ਕੋਈ ਦਵੈਤ, ਕੋਈ ਪਰਦਾ ਨਹੀਂ ਰਹਿੰਦਾ, ਉਸੇ ਤਰ੍ਹਾਂ ਅਭਿਆਸੀ ਅਤੇ ਪਰਮਾਤਮਾ ਵਿੱਚ ਕੋਈ ਦਵੈਤ, ਕੋਈ ਭੇਦ ਤੇ ਕੋਈ ਪਰਦਾ ਨਹੀਂ ਰਹਿੰਦਾ। ਜਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਨੇ, ਓਤ ਪੋਤ ਮਿਲਿਓ ਭਗਤਨ ਕਉ, ਜਨ ਸਿਉ ਪਰਦਾ ਲਾਇਓ।